ਆ ਲੈ ਪੁੱਤ ਹਾਂ ਧੀਰਗਲ ਸੁਣ ਹਾਂ ਹਾਂ ਕਿ ਤੇ ਅਰਸ਼ੂ ਨਾ ਆ ਰਿਹਾ ਹੋਵੇ ਉਹ ਕੋਈ ਨਹੀਂ ਜਾਰਸ਼ੂ ਆਇਆ ਹੋਇਆ ਤਾਂ ਮੜਾ ਪੜਦੇ ਨਾਲ ਗੱਲ ਕਰ ਲਈ ਹੋਰ ਮੈਂ ਤਾਂ ਸੋਚਦਾ ਕਿ ਜਿੰਨੀ ਸੇਤੀ ਇਹ ਕੰਮ ਨਿੰਬੜੇ ਅਗਲੇ ਦੇ ਪੈਸੇ ਸਮਾਏ ਜਾਣ ਉਹ ਨੀਸੀ ਤੇ ਟੈਨਸ਼ਨ ਫਰੀ ਹੋਈ ਉਹ ਤਾਂ ਠੀਕ ਆ ਪੁੱਤ ਜੇ ਮੁੰਡਾ ਕਰੇ ਹੋਇਆ ਤਾਂ ਆਪਾਂ ਉਹੋ ਜੇ ਦਿਮਾਗ ਨਾਲ ਗੱਲ ਕਰਾਂਗੇ ਹਾਂ ਉਹ ਨਟਾ ਆਪਾਂ ਇੱਕ ਚ ਕੱਢ ਦੇ ਹਾਂ ਜੋਰਾ ਸਿਆ ਕਰਿਓ ਬਿਕਰ ਸਿੰਘ ਹਾਂ ਜੀ ਆਓ ਨੰਗੇ ਆ ਜੀ ਆਜੋ ਫੇਰ ਹੋ ਗਏ ਦਮੀ ਸੰਘੇ ਸਾਸੀ ਕਾਲ ਜੀ ਕਾਲ ਜੀ ਬੈਠੋ ਬੈਠੇ ਜੀ ਹੋਰ ਪੁੱਤਰਾ ਠੀਕ ਹੈ ਹਾਂ ਜੀ ਹਾਂ ਤੁਸੀਂ ਸੋ ਠੀਕ ਹੋ ਹਾਂ ਬਹੁਤ ਵਧੀਆ ਬੈਠੋ ਮੈਂ ਪਾਣੀ ਲੈ ਕੇ ਆਉਣਾ ਥੋੜੀ ਜਿਹਾ ਕੋਈ ਨਹੀਂ ਬੈਠੋ ਬੈਠੋ ਪਾਣੀ ਪੁਣੀ ਤਾਂ ਆਪਾਂ ਫੇਰ ਪੀ ਲਾਂਗੇ ਕੋਈ ਗੱਲ ਨਹੀਂ ਕੋਈ ਏਡੀ ਤੇ ਨਹੀਂ ਤੇ ਮੇਰੀ ਕੁੜਮਣੀ ਨਹੀਂ ਦੀ ਕਿੱਥੇ ਆ ਉਹ ਤਾਂ ਨਾ ਗਮਾਨ ਤੇ ਮਰਗਦੀ ਹੋਗੀ ਉਧਰ ਗਏ ਨੇ अच्छा हां ਤੁਸੀਂ ਕਿਵੇਂ ਅਜੇ ਤਾਕ ਬਸ ਤੁਹਾਡੇ ਦਰਸ਼ਨ ਕਰਨ ਆ ਗਏ ਜੀ ਦਰਸ਼ਨ ਕਰਨ ਵੀ ਬਾਲਕਾਂ ਰਿਤੇਦਾਰੋਂ ਸਾਡੇ ਜੀ ਆਇਆ ਅਸਤਾ ਬਾਪੂ ਜੀ ਕੋਈ ਗੱਲ ਕਰਨ ਆਈ ਸੀ ਤੁਹਾਡੇ ਨਾਲ ਗੱਲ ਇਹ ਜੀ ਕੀ ਗੱਲ ਆ ਕੋਈ ਗਰੀਬਾਂ ਦਾ ਸਾਥੋਂ ਕਮੀ ਰਹੇਗੀ ਕੋਈ ਉਹ ਨਹੀਂ ਨਹੀਂ ਬਾਪੂ ਜੀ ਐਵੇਂ ਦੀ ਗੱਲ ਕਰਕੇ ਨਾ ਸਾਨੂੰ ਸ਼ਰਮਿੰਦਾ ਨਾ ਕਰੋ ਨਾਲੇ ਸੋਡੇ ਤੋਂ ਕੀ ਗਲਤੀ ਹੋਣੀ ਆ ਗਲਤੀਆਂ ਤਾਂ ਸਾਡੇ ਤੋਂ ਹੋਈਆਂ ਨੇ ਬਾਕੀ ਜਿਹੜੀ ਅਸੀਂ ਗੱਲ ਕਰਨਾ ਆ ਸ਼ਾਇਦ ਸਾਡੀ ਗਲਤੀ ਮaaf ਹੋ ਜੇ ਇਹ ਜੀ ਕਿਹੜੀ ਗਲਤੀ ਹੋ ਗਈ ਪੁੱਤਰ ਤੁਹਾਡਾ ਖਲਤੀ ਤਾਂ ਕੀ ਹੋਣੀ ਆ ਬਾਪੂ ਜੀ ਚਲੋ ਤਾਂ ਛੱਡੋ ਅਰਸ਼ੂ ਕਿੱਥੇ ਆ ਅਰਸ਼ੂ ਤਾਂ ਲਿਆਇਆ ਨੇ ਬੁੱਤ ਬਾਹਰੋਂ ਅੱਛਾ ਚਲੋ ਦੇਖੋ ਜੋਰਾ ਸਿਆਂ ਬੁੜੀਆਂ ਦੀ ਮਾਦਾ ਸਾਨੂੰ ਪਤਾ ਹੀ ਐ ਵੀ ਬੁੜੀਆਂ ਦਾ ਸੁਭਾਅ ਕਹੇ ਜਾ ਹੁੰਦਾ ਬਹੁਤ ਸਾਨੂੰ ਤੰਗ ਪਰੇਸ਼ਾਨ ਕੀਤਾ ਪਰ ਅਸੀਂ ਤਾਂ ਸੋਨ ਇਹੀ ਗੱਲ ਕਰਨਾ ਐ ਵੀ ਜਿਵੇਂ ਆਪਾਂ ਪਹਿਲਾਂ ਵਰਤਦੇ ਸੀ ਨਾ ਓਵੇਂ ਵਰਤਾਂਗੇ ਤੇ ਤਾਰੀ ਫੜਾ ਬੈਗ ਤੇਰੇ ਬਾਪੂ ਨੂੰ ਹਾਂਜੀ ਲਓ ਬਾਪੂ ਜੀ ਆਹ ਸੰਭੋ ਤੁਸੀਂ ਆਪਦੀ ਮਾਨਤਾ ਕੀ ਮੰਨਤਾ ਹੈ ਚਾਹੇ ਜੀ ਮੈਨੂੰ ਦੱਸੋ ਤਾਂ ਸਹੀ ਕੀ ਸੀ ਕੁਛ ਇਹਦੇ ਚ ਬਾਪੂ ਜੀ 8 ਲੱਖ ਰੁਪਈਆ 8 ਲੱਖ ਰੁਪਈਆ ਹਾਂ ਜੋ ਰਸਿਆ 8 ਲੱਖ ਰੁਪਈਆ ਇਹਦੇ ਚ ਨਹੀਂ ਇਹ ਕੋਈ ਸਾਡੀ ਇਹ ਜੀ ਕੋਈ ਮਾਨਤ ਨਹੀਂ ਤੁਸੀਂ ਕੀ ਗੱਲਾਂ ਕਰੀ ਜਣਾ ਮੇਰੇ ਤਾਂ ਸਮਝ ਨਹੀਂ ਆ ਰਹੀਆਂ ਤੁਸੀਂ ਸਮਝੇ ਕਿਉਂ ਨਹੀਂ ਮੈਂ ਇਹੀ ਗੱਲ ਕਹਿ ਕੇ ਹਟਣਾ ਵੀ ਬੁੜੀਆਂ ਦੀ ਮੱਤ ਤਾਂ ਬੁੜੀਆਂ ਵਰਗੀ ਹੁੰਦੀ ਆ ਉਹਨਾਂ ਦੀ ਮੱਤ ਪਿੱਛੇ ਆਪਾਂ ਘਰ ਥੋੜੇ ਜੜਨਾ ਅਸੀਂ ਪਰਦੇ ਨਾਲ ਬੋਚ ਕੇ ਨਾਲੇ ਤਾਂ ਉਹਨੂੰ ਦਿਖਾਤਾ ਤੇ ਇਹ ਪੈਸੇ 5 ਲੱਖ ਥੋੜੇ ਆਲਾ ਤੇ 3 ਲੱਖ ਜਿਹੜਾ ਤੁਸੀਂ ਆਰਤੀ ਨੂੰ ਦੇਣਾ ਉਹ ਸਾਰੇ ਇਹਦੇ ਵਿੱਚ ਹੀ ਨੇ ਤੇ ਤੁਸੀਂ ਸਾਰੇ ਪੈਸੇ ਲਾ ਕੇ ਸੁਰਖਰੂ ਹੋ ਜਾਓ ਬਿੱਕਰ ਸਾਹਿਬ 5 ਲੱਖ ਵਾਲੀ ਗੱਲ ਤਾਂ ਠੀਕ ਹੈ ਇਹ ਜਿਹੜਾ 3 ਲੱਖ ਰੁਪਈਆ ਇਹ ਗੱਲ ਮੇਰੇ ਸਮਝ ਨਹੀਂ ਆਈ ਬਾਪੂ ਜੀ ਚ ਨਾ ਸਮਝਣ ਵਾਲੀ ਤਾਂ ਕੋਈ ਗੱਲ ਹੀ ਨਹੀਂ 5 ਲੱਖ ਤਾਂ ਦੇਖੋ ਜਿਹੜਾ ਤੁਸੀਂ ਦੇਖ ਕੇ ਆਏ ਸੀ ਉਹ ਉਹ ਹੈ ਹਰ ਇਹ ਗੱਲ 3 ਲੱਖ ਦੀ 3 ਲੱਖ ਜਿਹੜਾ ਤੁਸੀਂ ਨਿਆੜਤੀ ਤੇ ਦੇਣਾ ਉਹ ਤਾਰ ਦਿਓ ਉੱਥੇ ਫਿਰ ਤੁਹਾਨੂੰ ਫालतू ਦਾ ਵਿਆਜ ਹੀ ਪੈਂਦਾ ਤੇ ਉਹ 3 ਲੱਖ ਚੜਿਆ ਵੀ ਸਾਡੇ ਕਰ ਕੀ ਹੈ ਤੁਸੀਂ ਉਹਦਾ ਵਿਆਹ ਤੇ ਨਾ ਇੰਨਾ ਖਰਚਾ ਕਰਦੇ ਨਾ ਅਸੀਂ ਤੁਹਾਨੂੰ ਕਹਿੰਦੇ ਨਾ ਮੇਰੀ ਮਾਂ ਕਹਿੰਦੀ ਵੀ ਸਾਨੂੰ ਆ ਚੀਜ਼ ਚਾਹੀਦੀ ਆ ਚਾਹੀਦਾ ਬਰਾਤ ਚ ਨਾ ਇੰਨਾ ਖਰਚਾ ਹੁੰਦਾ ਤੇ ਨਾ ਉਹ ਕਰਜ਼ਾ ਸਿਰ ਚੜਦਾ ਬਾਕੀ ਕੋਈ ਨਹੀਂ ਜਿੱਦਣ ਸਾਡਾ ਹੱਥ ਠੀਕ ਹੋਇਆ ਸਾਨੂੰ ਵਾਪਸ ਕਰ ਦੇ ਘੱਟੋ ਘੱਟ ਇੰਨਾ ਤਾਂ ਹੈ ਵੀ ਵਿਆਜ ਤਾਂ ਨਹੀਂ ਪਊਗਾ ਨਾ ਨਾ ਪੁੱਤ ਇਹ ਥਾਂ ਦੀ ਲੋੜ ਨਹੀਂ ਇਹ ਤਾਂ 5 ਲੱਖ ਰੁਪਏ ਤੁਹਾਨੂੰ ਅਸੀਂ ਦੇ ਕੇ ਆਏ ਆ 5 ਲੱਖ ਰੁਪਏ ਜੀਰੀ ਤੋਂ ਬਾਅਦ ਕਹਿ ਦਿਓ ਦੇ ਕੇ ਆਵਾਂਗੇ ਤੁਸੀਂ ਇਹਦੇ ਪਿੱਛੇ ਨਾ ਕਰੇ ਕਲੇਸ਼ ਨਾ ਪਾਓ ਇਹ ਰੁਪਏ ਤੁਸੀਂ ਆਪ ਦੇ ਲੈ ਲਓ ਬਾਪੂ ਜੀ ਕਲੇਸ਼ ਤਾਂ ਜਿੰਨਾ ਹੋਣਾ ਸੀ ਹੋ ਗਿਆ ਹੁਣ ਵੀ ਕਰੇ ਇਹੀ ਗੱਲ ਚੱਲ ਰਹੀ ਆ ਵੀ 8 ਲੱਖ ਰੁਪਏ ਚੋਰੀ ਹੋ ਗਿਆ ਚੋਰੀ ਹੋ ਗਿਆ ਜਦ ਕਿ ਉਹ ਪੈਸੇ ਅਸੀਂ ਆਪ ਹੀ ਚੱਕੇ ਤੇ ਅਸੀਂ ਤੁਹਾਨੂੰ ਦੇਣ ਖਾਤਰ ਲੈ ਕੇ ਆਏ ਆ ਬਾਕੀ ਮੈਨੂੰ ਪਤਾ ਵੀ ਤੁਸੀਂ ਗੱਲ ਕਰੀ ਆ ਵੀ ਜੀਰੀ ਤੋਂ ਬਾਅਦ 5 ਲੱਖ ਰੁਪਏ ਦੋਗੇ। ਇਹੀ 5 ਲੱਖ ਰੁਪਏ ਉਦੋਂ ਤੁਸੀਂ ਦੁਬਾਰੇ ਪਹੁੰਚਦਾ ਕਰ ਦਿਓ। ਸਾਰਿਆਂ ਦੇ ਸਾਹਮਣੇ ਇਹ ਹੋ ਜਾਊਗਾ ਵੀ ਹਾਂ 5 ਲੱਖ ਤੁਸੀਂ ਉਹ ਵੀ ਦੇ ਗਏ। ਪਰ ਉਹੋ 5 ਲੱਖ ਵੀ ਅਸੀਂ ਤੁਹਾਨੂੰ ਵਾਪਸ ਕਰ ਜਾਾਂਗੇ। ਇਸ ਮੇਰਾ ਬਾਦ ਹੈ ਤੁਹਾਡੇ ਨਾਲ। ਤੁਹਾਡੇ ਸਿਰ ਤੋਂ ਅਸੀਂ 1 ਰੁਪਿਆ ਵੀ ਨਹੀਂ ਲੈਣਾ, ਨਾ ਹੀ ਰੱਖਣਾ, ਨਾ ਹੀ ਅੱਗੇ ਲਵਾਗੇ। ਦੇਖੋ ਚੰਗੇ ਰਿਸ਼ਤੇਦਾਰ ਦਾ ਇੰਨਾ ਹੀ ਸਾਰਾ ਹੁੰਦਾ ਵੀ ਤੁਸੀਂ ਸਾਡੇ ਨਾਲ ਖੜ੍ਹਦੇ। ਪਉ ਤਾਂ ਧੰਨਵਾਦ ਇਹ ਸ਼ਗਰ ਦਾ ਪਰ ਮੈਂ ਐਂ ਕਹਿਣਾ ਵੀ ਤੇਰੀ ਮਾਂ ਪੈਸੇ ਪਿੱਛੇ ਘਰੇ ਕਲੇਸ਼ ਨਾ ਪਈ ਵੀ ਪੁੱਤ। ਉਹ ਜੋਰਾ ਸਿਆ ਤੈਨੂੰ ਕਹਿਤਾ ਵੀ ਕਲੇਸ਼ ਦਾ ਸੁੱਖ ਨਾ ਬਾਧੂ ਪਿਆ ਹੋਇਆ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਹੁਣ ਜਿਹੜਾ ਤੇਰਾ 5 ਲੱਖ ਸੀ ਉਹ ਸਾਰੇ ਦਾ ਸਾਰਾ ਘਰੇ ਆ ਗਿਆ ਚੁੱਪ ਕਰਕੇ ਰੱਖ ਲਾ। ਅਸੀਂ ਉਹਨੂੰ ਕਿਹਾ ਹੋਇਆ ਘਰ ਵਾਲੀ ਨੂੰ ਵੀ ਇਹ ਤਾਂ ਚੋਰੀ ਹੋ ਗਿਆ ਪਤਾ ਨਹੀਂ ਕੌਣ ਲੈ ਗਿਆ ਚੋਰੀ ਕਰਕੇ। ਅਸੀਂ ਤਾਂ ਉਹਨੂੰ ਇਹ ਵੀ ਕਹਿੰਨੇ ਆ ਵੀ ਜਿਵੇਂ ਆਏ ਸੀ ਓਵੇਂ ਹੀ ਚਲੇ ਗਏ। ਹੁਣ ਰੋਈ ਜਾਂਦੀ ਐ, ਰੋਈ ਜਾਣ ਦੇ ਤੇ ਚੁੱਪ ਕਰਕੇ ਪੈਸੇ ਫੜ ਲਾ ਤੇ ਪਤਾ ਨਾ ਲੱਗਣ ਨਹੀਂ। ਨਾਲੇ ਬਾਪੂ ਜੀ ਇੱਕ ਗੱਲ ਹੋਰ ਸਾਡੇ ਪਿਓ ਪੁੱਤ ਦੀ ਇਹ ਜੀ ਮਤ ਨਹੀਂ ਹੈਗੀ ਉਹ ਮੇਰੀ ਮਾਂ ਹੈ ਜਿਹੜੀ ਪੈਸੇ ਨਾ ਵਰਤਦੀ ਆ ਅਸੀਂ ਸਿਰਫ ਬੰਦੇ ਨਾਲ ਵਰਤਣਾ ਜਾਣਦੇ ਆ ਤੁਸੀਂ ਧੀ ਦੇਤੀ ਤਾਂ ਸਾਰਾ ਕੁਝ ਹੀ ਦਿੱਤਾ ਇਹ ਤਾਂ ਤੁਹਾਡੀ ਸੋਚ ਬਹੁਤ ਚੰਗੀ ਹੈ ਹੁਣ ਨਾ ਤਾਂ ਉਹ ਆਪ ਘਰੇ ਆ ਵੀ ਮੈਂ ਰਾਏ ਨਾ ਰੱਖ ਲੈਂਦਾ ਕਿਤੇ ਆ ਕੇ ਉਹ ਮੇਰੇ ਨਾਲ ਨਾ ਗਲੇਸ਼ ਕਰੀ ਜਾਵੇ ਉਹ ਨਹੀਂ ਬਾਪੂ ਜੀ ਨਹੀਂ ਲੜਦੀ ਉਹ ਤੁਸੀਂ ਸਮਝਾ ਦਿਓ ਮਾਤਾ ਨੂੰ ਚਲੋ ਠੀਕ ਹੈ ਜੇ ਤੁਸੀਂ ਇਸ ਗੱਲ ਤੇ ਰਾਜ਼ੀ ਹੋ ਤਾਂ ਫਿਰ ਬਹੁਤ ਠੀਕ ਹੈ ਬਸ ਇਹ ਗੱਲ ਤੇ ਰਾਜ਼ੀ ਹਾਂ ਅਸੀਂ ਵੀ ਵਿੜਕਣਾ ਲੱਗੇ ਪੈਸੇ ਕਿੱਥੋਂ ਆਏ ਸੀ ਕਿਵੇਂ ਹੋਏ ਸੀ ਘਰੇ ਅਸੀਂ ਇਹ ਕਿਹਾ ਹੋਇਆ ਵੀ ਉਹ ਤਾਂ ਚੋਰੀ ਹੋ ਗਏ ਪਰ ਤਾਰੀ ਬਕਰ ਸਿਆਂ ਜਿਹੜੀਆਂ ਗੱਲਾਂ ਤੁਸੀਂ ਉਦੋਂ ਕਰਦੇ ਸੀ ਨਾ ਤੇ ਉਹ ਗੱਲਾਂ ਅੱਜ ਦਿਖਾਈ ਦਿੰਦੀਆਂ ਵੀ ਸਹੀ ਨਿਕਲੀਆਂ ਤੁਸੀਂ ਰਿਸ਼ਤੇਦਾਰੀ ਨਾਲ ਵਰਤਣਾ ਚਾਹੁੰਦੇ ਹੋ ਤੇ ਇੱਕ ਦੂਜੇ ਦੇ ਦੁੱਖ ਸੁੱਖ 'ਚ ਖੜਨਾ ਚਾਹੁੰਦੇ ਹੋ ਬਸ ਬਾਪੂ ਜੀ ਤੁਸੀਂ ਇੰਨਾ ਖਿਆਲ ਰੱਖਿਓ ਵੀ ਹੁਣ ਤੁਸੀਂ ਇਹ ਚੀਜ਼ ਭੁੱਲ ਜਾ ਵੀ ਅਸੀਂ ਪੈਸੇ ਦੇ ਕੇ ਗਿਆ ਤੇ ਅਸੀਂ ਇੱਥੇ ਆਏ ਸੀ ਠੀਕ ਹੈ ਜੋ ਰਸਿਆਂ ਜਿਹੜਾ 3 ਲੱਖ ਰੁਪਈਆ ਤੁਸੀਂ ਆਰਤੀਆਂ ਨੂੰ ਦੇਣਾ ਨਾ ਉਹੋ ਫਟਾਫਟ ਦੇ ਆਓ ਤੇ 5 ਲੱਖ ਰੁਪਇਆ ਇਹਨੂੰ ਤੁਸੀਂ ਰੱਖ ਲਓ ਸਾਹਮਣੇ ਜਿਵੇਂ ਤੁਸੀਂ ਕਹਿਣਾ ਵੀ ਜੀਰੀ ਵੱਢ ਕੇ ਦੇਵਾਂਗੇ ਉਹ ਤੁਸੀਂ ਚੀਰੀ ਵੱਢ ਕੇ ਇਹੀ 5 ਲੱਖ ਰੁਪਇਆ ਦਿਖਾ ਦਿਓ ਸਾਨੂੰ ਚਲੋ ਠੀਕ ਹੈ ਵੇ ਕਰਤਿਆਂ ਕੀ ਕਰਦੇ ਨਹੀਂ ਫਿਰ ਠੀਕ ਹੈ ਜੋਰਾਸ ਹਾਂ ਤੇ ਤੁਸੀਂ ਥੋੜਾ ਜਿਰਾ ਪਾੜੀਕ ਲੈਨੇ ਚਾਹ ਪਾਣੀ ਬਣਾਵਾਂਗੇ ਥੋੜੀ ਹੁਣ ਸਾਨੂੰ ਦਿਓ ਆ ਗਿਆ ਅਸੀਂ ਘਰੋਂ ਚੋਰੀ ਨੂੰ ਹੀ ਆਏ ਆ ਸਮਝ ਲੈ ਪਿਆਉ ਪੱਤਾ ਹੁਣ ਸਾਨੂੰ ਜਾਣ ਦਿਓ ਠੀਕ ਹੈ ਹਾਂ ਠੀਕ ਹੈ ਜੋਰਾਸ ਚਲੋ ਠੀਕ ਹੈ ਜੀ ਚੰਗਾ ਠੀਕ ਆ ਕੋਈ ਚੰਗਾ ਸਿਹਰਾ ਜੇ ਕੋਈ ਗਲਤੀ ਫਲਤੀ ਹੋ ਤਾਂ ਮਾਫ ਕਰੇ ਜੀ ਨੀ ਮਾਫੀ ਵਾਲੀ ਕੋਈ ਗੱਲ ਨਹੀਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਸੋਚਿਆ ਨਾਲੇ ਮੈਂ ਬਿਮਾਰ ਠਮਾਰ ਰਹਿਣਾ ਹੁਣ ਤਾਂਦਰੁਸਤ ਹੋ ਜਾਓ ਬਸ ਠੀਕ ਹੈ ਜੋਰਾ ਸਿੰਘ ਠੀਕ ਹੈ ਜੀ ਠੀਕ ਹੈ ਠੀਕ ਹੈ ਚਲ ਭਾਈ ਸਲੂ ਬਗਿਆ ਕਰ ਗਿਆ ਕਿ ਆ ਕੇ ਹੁਣ ਕਰਦੇ ਤਾਂ ਪਤਾ ਨਹੀਂ ਕਿਵੇਂ ਬੋਲਣਗੇ ਵੀ ਤੁਸੀਂ ਕਿਉਂ ਰੱਖੇ ਪੈਸੇ ਆਪਣਾ ਕੁੜੀ ਦਾ ਮਸਲਾ ਸੀਗਾ ਜਦੋਂ ਕੁੜੀ ਨਾਲ ਹੀ ਕਲੇਸ਼ ਰਹਿੰਦਾ ਔਖਾ ਸੀਗਾ ਚਲੋ ਦੋਨੇ ਹੁਣ ਆਏ ਸੀ ਜਮਾਈ ਰਾਜਾ ਆਇਆ ਸੀ ਕੁੜਮ ਆਇਆ ਇਹ ਸਾਰਾ ਕੁਝ ਸੋਚ ਕੇ ਆਏ ਨੇ ਆਪਣੇ ਨਾਲ ਚਲੋ ਪਰਮਾਤਮਾ ਨੇ ਵਧੀਆ ਕਰਿਆ ਹੈ ਆਏ ਮੇਰਾ ਤਾਂ ਕਾਲ ਜੈ ਮਚੀ ਜਾਂਦਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਕੁੜੇ ਲਾਪ੍ਰਿਤ ਕੁੜੇ ਲਾਪ੍ਰਿਤ ਹਾਂਜੀ ਮੰਮੀ ਹੈਦਰ ਖੜੀਆਂ ਨਾ ਤੇਰਾ ਬਾਪ ਕਿੱਥੇ ਉੱਜੜਿਆ ਸਵੇਰ ਦਾ ਉਹ ਤਾਂ ਮੰਮੀ ਦੋਏ ਜਣੇ ਗਏ ਹੋਏ ਨੇ ਤਾਰੀ ਤੇ ਬਾਪੂ ਕਿੱਥੇ ਉਹ ਮੈਡੀਕਲ ਤੇ ਗਏ ਨੇ ਮੈਨੂੰ ਲੱਗਦਾ ਬਾਪੂ ਦੀ ਦਵਾਈ ਮੁੱਕ ਰਹੀ ਸੀ ਨਾ ਦਵਾਈ ਨੂੰ ਉਹਦੇ ਕਿ ਕੀੜੇ ਪੈ ਰਹੇ ਨੇ ਜਿਹੜਾ ਦਵਾਈ ਲੈਣ ਗਏ ਨੇ ਉਹਦੇ ਲਈ ਮੈਂ ਸਾਰੀ ਰਾਤ ਨਹੀਂ ਸੁੱਤੀ ਇਹੀ ਸੋਚ ਲੱਗੀ ਰਹੀ ਮੇਰਾ 3 ਲੱਖ ਰੁਪਇਆ ਕਿੱਧਰ ਚਲੇ ਗਿਆ ਉਹਨੂੰ ਧਰਤੀ ਨਿਗਲ ਗਿਆ ਸਮਾਨ ਲੈ ਕੇ ਉੜ ਗਿਆ ਮੰਮੀ ਤਾਨੂੰ ਪਤਾ ਨਾ ਬਾਪੂ ਦੀ ਬਲੱਡ ਪ੍ਰੈਸ਼ਰ ਵਾਲੀ ਦਵਾਈ ਚੱਲਦੀ ਐ ਉਹ ਮੁੱਕ ਗਈ ਸੀ ਉਹੀ ਲੈਣ ਗਏ ਨੇ ਉਹ ਦੋਏ ਜਾਂ ਤਾਂ ਫੇਰ ਬਾਦਜ ਵੇ ਉਹਦਾ ਬਲੱਡ ਪ੍ਰੈਸ਼ਰ ਮਰੇ ਪਰੇ ਮੇਰਾ ਪੈਂਡਾ ਛੁੱਟੇ ਨਾ ਅੰਦਰੋਂ ਉੱਠ ਕੇ ਮੈਂ ਬਾਹਰ ਪੈ ਗਈ ਮੇਰੀ ਤਿੰਨਾ ਚੋਂ ਕਿਸੇ ਨੇ ਵਜਤਾ ਹੀ ਨਹੀਂ ਲਈ ਵੇ ਮਾਂ ਤੂੰ ਸਾਰੀ ਰਾਤ ਸੁੱਤੀ ਨਹੀਂ ਤੈਨੂੰ ਕੀ ਕੋਈ ਹੈਗੀ ਆ ਬਿਮਾਰੀ ਕੀ ਨਹੀਂ ਤੈਨੂੰ ਵੀ ਗੋਲੀ ਲਿਆ ਦਈਏ ਇਹਦੇ ਵਿੱਚ ਸਾਡਾ ਕੀ ਕਸੂਰ ਐ ਮੰਮੀ ਮਰੀਓ ਚੋਨੇ ਤੁਸੀਂ ਤਾਂ ਮੈਨੂੰ ਮੇਰਾ 3 ਲੱਖ ਦਾ ਨੁਕਸਾਨ ਹੋ ਗਿਆ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਹੋ ਗਿਆ ਹੋ ਗਿਆ ਤਿੰਨ ਲੱਖ ਕਿਹੜਾ ਵੈਸੇ ਤੁਹਾਡਾ ਆਪਦਾ ਸੀ ਉਹ ਨਾ ਤੇਰੀ ਕਿਹੜਾ ਮਾਂ ਦੇ ਕੇ ਗਈ ਸੀ ਉਹ 3 ਲੱਖ ਰੁਪਈਆ ਮੇਰੀ ਆਪ ਦੀ ਕਮਾਈ ਸੀ ਉਹ ਪਤਾ ਹੀ ਹੈ ਮੈਨੂੰ ਤੁਹਾਡੀ ਆਪਦੀ ਕਮਾਈ ਦਾ ਤਿੰਨ ਲੱਖ ਦੇ ਬਦਲੇ ਮੇਰੀ ਮਾਂ ਤਾਂ 5 ਲੱਖ ਰੁਪਈਆ ਦੇ ਕੇ ਗਈ ਸੀ ਉਹ ਤੁਹਾਡੀ ਗਲਤੀ ਹੈ ਵੀ ਸੰਭੇ ਤੁਹਾਡੇ ਤੋਂ ਨਹੀਂ ਗਿਆ ਸੰਭ ਤਾਂ ਮੈਂ ਲਿਆ ਸੀ ਤੁਹਾਡੇ ਵਰਗਿਆਂ ਤੋਂ ਜਰਿਆ ਨਹੀਂ ਗਿਆ ਚੱਕ ਕੇ ਪਤਾ ਨਹੀਂ ਕਿਹੜੇ ਖੁੱਡ ਚ ਬਾੜਤਾ ਲੈ ਉਹ ਆ ਗਈ ਉਹਨਾਂ ਤੋਂ ਪੁੱਛ ਲਿਓ ਹੁਣ ਵੀ ਤੁਹਾਡੇ ਪੈਸੇ ਕਿਹੜੀ ਖੁੱਡ 'ਚ ਸੁੱਟਦੇ ਉਹਨਾਂ ਨੇ ਇਹ ਤਾਂ ਤੁਹਾਨੂੰ ਪਤਾ ਹੋਊਗਾ ਵੀ ਕਿਹੜੀ ਖੁੱਡ ਚਵਾੜੇ ਨੇ ਕਿਉਂ ਕੀ ਕਰੀ ਜਾਨੋ ਕਲੇਸ਼ ਜਾ ਅਸੀਂ ਕਿਉਂ ਕਲੇਸ਼ ਕਰਨਾ ਤੁਸੀਂ ਕਿੱਥੇ ਗਏ ਸੀ ਦੋਨੇ ਜਾਣੇ ਅਸੀਂ ਨੇ ਕਿੱਥੇ ਜਾਣਾ ਮਾਂ ਤੈਨੂੰ ਉਦੋਂ ਦੱਸਿਆ ਤਾਂ ਹੈਗਾ ਦੀ ਵੀ ਜੈਦਾ ਫੋਨ ਆਇਆ ਤੇ ਵੀ ਕਨੈਕਸ਼ਨ ਨੂੰ ਕਹਿੰਦਾ ਪੁਰਾਣਾ ਕਨੈਕਸ਼ਨ ਪਤਾ ਕਰਨ ਗਈ ਸੀ ਕਨੈਕਸ਼ਨ ਦਾ ਪਤਾ ਕਰਨ ਗਏ ਸੀ ਪਰ ਲਾਪਰੀ ਦਵਾਈ ਵੀ ਲੈਣ ਗਏ ਸੀ ਦਵਾਈ ਲੈਣ ਗਏ ਸੀ ਉਹ ਦਵਾਈ ਲੈਣ ਗਏ ਸੀ ਉਹ ਬਾਪੂ ਕਹਿੰਦਾ ਹੁਣ ਸ਼ਹਿਰ ਤਾਂ ਜਾਵਾਂਗਾ ਕਹਿੰਦਾ ਦਵਾਈ ਵੀ ਲੈ ਆਵਾਂਗੇ ਹਾਂ ਕਿੱਥੇ ਦਵਾਈ ਦਿਖਾਉ ਤਾਂ ਦਵਾਈ ਤਾਰੀ ਤੇਰੇ ਕੋਲੇ ਨਹੀਂ ਉਹ ਬਾਪੂ ਤੈਨੂੰ ਤਾਂ ਫੜਾਈ ਦੀ ਮੈਂ ਓਹੋ ਫਿਰ ਮੈਂ ਤਾਂ ਮੰਨ ਲਿਆ ਉਹਦੇ ਮੇਜ਼ ਜਿੱਤੀ ਧਰਕੇ ਭੁੱਲ ਗਿਆ ਉਹ ਤੁਸੀਂ ਮੈਡੀਕਲ ਨੂੰ ਫੋਨ ਕਰਕੇ ਰੱਖ ਦੋ ਜੀ ਉਹ ਸਾਮ ਕੇ ਰੱਖ ਦੇਣਗੇ ਉਹ ਕਹੂਗਾ ਵੀ ਰੋਜ਼ ਦੀ ਰੋਜ਼ ਭੁੱਲ ਜਾਂਨੇ ਓ ਇਸ ਵਾਰ ਫੇਰ ਭੁੱਲਿਆ ਤੂੰ ਉਹ ਤਾਰੀ ਮੈਂ ਤਾਂ ਆਖ ਕਿਤੇ ਤੂੰ ਚੱਕ ਲਈ ਦਵਾਈ ਚੁੱਪ ਕਿ ਮੈਂ ਡਰਾਮੇ ਕਰਦੇ ਨੇ ਤਿੰਨੇ ਜਾਣੇ ਇੱਕ ਜਬਾਨ ਤਾਂ ਰੱਖ ਲਓ ਤਿੰਨੇ ਜਾਣੇ ਹੁਣ ਤਾਂ ਮੈਨੂੰ ਇਹ ਵੀ ਪਤਾ ਲੱਗ ਗਿਆ ਬੇ ਜਿਹੜਾ ਮੇਰਾ 3 ਲੱਖ ਨਾ ਚੋਰੀ ਕੀਤਾ ਉਹ ਤੁਸੀਂ ਤਿੰਨੋਂ ਨੇ ਕੀਤਾ ਤੇ ਇੱਕ ਇੱਕ ਲੱਖ ਰੁਪਈਆ ਵੰਡ ਲਿਆ ਬੇਸ਼ਰਮ ਕਿਸੇ ਥਾਂ ਦੇ ਮੰਮੀ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੂੰ ਤਾਂ ਚੁੱਪ ਹੀ ਕਰ ਜਾ ਪੈਸਿਆਂ ਦੀ ਭੁੱਖ ਹੈ ਨਹੀਂ ਸਾਨੂੰ ਪੈਸਿਆਂ ਦੀ ਭੁੱਖ ਤੁਹਾਨੂੰ ਹੈ ਤੰਨਣੀ ਮਾ ਅੱਠ ਚੋਰੀ ਹੋਇਆ ਕਹੀ ਜਾਂਦੀਆਂ ਵੰਡ ਲਿਆ ਤੁਸੀਂ ਨੇ ਲੱਖ ਲੱਖ ਮੇਰਾ ਤਾਂ ਤਿੰਨ ਹੀ ਚੋਰੀ ਹੋਇਆ ਪੰਜ ਤਾਂ ਜਿੱਧਰੋਂ ਆਇਆ ਸੀ ਮੈਨੂੰ ਪਤਾ ਉਧਰ ਹੀ ਵਗ ਗਿਆ ਉਹ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਵੀ ਚੋਰੀ ਦਾ ਮਾਲ ਚੋਰੀ ਚ ਹੀ ਜਾਂਦਾ ਤੇ ਨਾਲੇ ਬਗਾਨੀ ਮਾਇਆ ਸੱਪ ਬਣ ਕੇ ਲੜਦੀ ਐ ਨੀਂਦ ਆਈ ਸੀ ਸਾਰੀ ਰਾਤ ਨਹੀਂ ਸੁੱਤੀ ਉਹ ਵੀ ਤੇਰੇ ਕਰਕੇ ਮੈਨੂੰ ਪਤਾ ਇਹ ਸਾਰੇ ਕਲੇਸ਼ ਦੀ ਜੜ ਨਾ ਜਿਹੜੇ ਮੇਰੇ ਪੈਸੇ ਚੋਰੀ ਹੋਏ ਨੇ ਉਹਦੀ ਵੀ ਜੜ ਤੂੰ ਹੀ ਐ ਉਹ ਮੈਂ ਕਾਦੀ ਜੜ ਐ ਉਹ ਜਿਹੜੀ ਤੂੰ ਬਗਾਨੀ ਮਾਇਆ ਦੇ ਦਿਵਾਲੇ ਦੋਲੇ ਫਿਰਦੀ ਐ ਨਾ ਉਹੀ ਨਹੀਂ ਤੈਨੂੰ ਸੌਣ ਦਿੰਦੀ ਤੁਸੀਂ ਨਾ ਬਾਪੂ ਜੀ ਜਾ ਕੇ ਆਰਾਮ ਕਰ ਲਓ ਦਵਾਈ ਲੈ ਕੇ ਆਉਂਦੀ ਉਹ ਦਵਾਈ ਕਿੱਥੋਂ ਲੂ ਲਾਪ੍ਰੀਤਾ ਦਵਾਈ ਤਾਂ ਕਾਊਂਟਰ ਤੇ ਭੁੱਲ ਆਇਆ ਇਹ ਨਹੀਂ ਨਹੀਂ ਤਾਰੀ ਐ ਤਾਂ ਹਜੇ ਇੱਕ ਡੰਗ ਦੀ ਹੈਗੀ ਐ ਮੈਂ ਉਹ ਲੈ ਲੈਣਾ ਤੇ ਤੂੰ ਉਹਨੂੰ ਫੋਨ ਕਰ ਦੇ ਵੀ ਦਵਾਈ ਰੱਖ ਲੂ ਸਾਹਮ ਕੇ ਉਹ ਤਾਂ ਕਹਿ ਦਿੰਨਾ ਜਿਹੜਾ ਝੂਠ ਬੋਲਦਾ ਤੇਰੇ ਕੀੜੇ ਵੀ ੱਡੇ ੱਡੇ ਚੱਲਨੇ ਆ ਜਿਹੜੇ ਕਿਸੇ ਨੇ ਕੱਢਣੇ ਵੀ ਨਹੀਂ ਝੂਠ ਕੀ ਬੋਲਿਆ ਮਾਂ ਲਾਪ੍ਰੀਤਾ ਤੂੰ ਬਾਪੂ ਨੂੰ ਰੋਟੀ ਪਾ ਕੇ ਦੇ ਦੇ ਸਵੇਰ ਦਾ ਭੁੱਖਾ ਆਈ ਨਾ ਲੈ ਲਈ ਬਾਪੂ ਕਿਤੇ ਗੋਲੀਆਂ ਤੂੰ ਰੋਟੀ ਖਾ ਲਈ ਹਾਂਜੀ ਮੈਂ ਦੰਨੀਆਂ ਪਾ ਕੇ ਤੁਸੀਂ ਵੀ ਅੰਦਰ ਹੀ ਆ ਜਾਓ ਮੈਂ ਰੋਟੀ ਪਾਣੀ ਹਾਂ ਆ ਗਿਆ ਮੈਂ ਨੇ ਗਲੋ ਸਾਰੇ ਰੋਟੀ ਤੂੰ ਤਾਂ ਖਾ ਲਿਆ ਮੈਂ ਪੁੱਛੀਦਾ ਜਾਨਣਾ ਮੈਂ ਤੂੰ ਵੀ ਖਾ ਲਿਆ ਆ ਦੇ ਖਾ ਲਾ ਤੁਸੀਂ ਜਾ ਕੇ ਇਹ ਕਹਤਾ ਬਰਕਾ ਵੱਡਣ ਤੱਕ ਜਾਂਦੀ ਐ ਕਾਦਾ 3 ਲੱਖ ਗਿਆ ਤੇਰਾ ਥਿਆ ਜੂਗਾ ਔਰੀ ਪਿਆ ਹੁਣ ਹੁਣ ਤਾਂ ਥਿਆ ਹਟਿਆ ਲੈ ਲਾ ਪ੍ਰੀਤ ਪਾ ਕੇ ਨਿਤਾਈ ਕਰੀਏ ਕੋਦੀ ਇਹ ਦਾਈ ਨਹੀਂ ਕਰੇ ਭੈਣ ਨੂੰ ਬੋਲ ਮਾਰਦੀਆਂ ਨਹੀਂ ਭੈਣੇ ਕਰੀਏ ਕੋਦੀਂ ਦਈ ਨਹੀਂ ਹੈਗਿਆ ਮਿਲਣਾ ਛੱਪਲੇ ਗਏ ਅੰਦਰ ਸਾਰੇ ਦੇਖਦੀਆਂ ਬਤਾਰੀ ਆਹ ਹਾਂ ਬਾਬੀ ਆਹ ਆਉਂਦਾ ਵੀ ਕਿੱਥੇ ਲੁਕੇ ਬੈਠਾ ਹੈ ਆ ਗਈ ਟੇਪ ਰਿਕਾਰਡ ਲੈ ਹੁਣ ਲੋ ਗੱਲਾਂ ਦਾ ਸੁਆਦ ਬੇ ਤਾਈ ਕਿੱਥੇ ਹੈਗੀ ਤਾਈ ਤਾਂ ਭਾਬੀ ਅੰਦਰ ਸੁੱਤੀ ਪਈ ਆ ਕੀ ਹੋ ਗਿਆ ਤਾਈ ਨੂੰ ਬਿਮਾਰ ਜੀ ਹੋ ਰਹੀ ਥੋੜੀ ਜੀ ਨਾ ਬਿਮਾਰ ਨੂੰ ਕੀ ਹੋ ਗਿਆ ਤਾਈ ਨੂੰ ਤੇ ਕਿੰਨਾ ਅਗ ਲੜ ਗਿਆ ਉਹ ਤਾਂ ਉਹੀ ਨਾ ਬਿਮਾਰ ਕਰਕੇ ਰੁੱਜੇ ਕਿਸੇ ਨੂੰ ਭਾਬੀ ਜਿਹੜਾ ਕੁਝ ਜਵਾਨ ਤੇ ਉਹਦਾ ਉਹੀ ਕੱਢ ਦਿੰਨੀ ਆ ਲਾ ਦੱਸ ਤਾਂ ਫਿਰ ਕੀ ਹੋ ਗਿਆ ਮੈਨੂੰ ਪਤਾ ਹੀ ਹੈਗਾ 8 ਲੱਖ ਚੱਕਿਆ ਗਿਆ ਤੁਹਾਡਾ ਨਾ ਭਾਬੀ ਜੇ ਤੈਨੂੰ ਪਤਾ ਵੀ ਸਾਡਾ 8 ਲੱਖ ਚੱਕਿਆ ਗਿਆ ਫਿਰ ਸਵਾਦ ਲੈਣ ਕਾ ਤੋ ਆਉਣੀ ਆ ਤੜਕੀ ਚੱਕ ਲੂ ਬਠਕ ਕਰ ਕਰ ਫਿਰ ਜੂਗੀ ਬਿਮਾਰੀ ਨਹੀਂ ਤਾਲਿਆ ਮੈਂ ਤੁਹਾਡੇ ਕਿੱਦੇ ਆ ਗਈ ਉਹ ਤਾਂ ਸਾਡਾ ਗੈਸ ਮੁੱਕ ਗਿਆ ਤਾਂ ਆ ਗਈਆਂ ਦੋ ਪਾਥੀਆਂ ਲੈਣ ਮੈਂ ਕਿ ਲਾਪਰੀ ਤੇ ਕੰਮ ਆਉਗੀ ਹੁਣ ਤਾਂ ਮੇਰੇ ਤਾਂ ਆ ਗਈ ਮੈਂ ਕਿਹੜੇ ਰੋਜ ਆਉਣੀ ਆ ਤੁਹਾਡੇ ਪਾਥੀਆਂ ਪਾਥੀਆਂ ਪੁੱਥੀਆਂ ਦਾ ਨਹੀਂ ਪਤਾ ਭਾਬੀ ਮੈਨੂੰ ਵੇ ਆ ਕਿ ਤੇਰੇ ਡੇਲੇ ਫੁੱਟ ਗਏ ਐਡਾ ਢੇਰ ਲੱਗਿਆ ਪਿਆ ਜਿਹੜਾ ਇਹ ਤਾਂ ਅਸੀਂ ਮੁੱਲ ਲੈ ਕੇ ਆਇਆ ਵੇ ਪਾ ਦੇ ਪਾ ਦੇ ਦੋ ਪਾਥੀਆਂ ਤੂੰ ਜਿਹਾ ਪਾ ਦੇ ਤੜਕੀ ਚੱਕ ਲਿਆ ਕਰੋ ਬਠਲੀ ਤੁਸੀਂ ਵੀ ਮੰਗਣ ਪਾ ਦੇ ਪਾ ਦੇ ਬੋਲ ਨਾ ਜਿਆਦੇ ਛੁੱਟੀਆਂ ਛੁੱਟੀਆਂ ਫੋਂਟ ਤੂੰ ਵੀ ਲੈ ਫੜ ਭਾਬੀ ਵੇ ਤੂੰ ਤਾਂ ਜਮੀ ਦੋ ਪਾਈਆਂ ਨੇ ਆ ਦੋ ਨਾਲ ਮੇਰਾ ਕੀ ਬਣੂ ਆ ਆਪੀ ਤਾਂ ਹੁਣ ਤੂੰ ਕਹੀ ਜਾਨੀ ਆ ਵੀ ਦੋ ਪਾਥੀਆਂ ਲੈਣਾ ਵੇ ਦੋ ਦੀ ਤਾਂ ਕੈਂਟ ਖਲ ਆ ਜਾਂਦੀ ਐ ਬਠੜ ਭਾਦੇ ਪਰ ਦੇ ਬਠੜਾ ਜਾਮਣ ਤੇ ਨਹੀਂ ਲੱਗਦੀਆਂ ਮੈਂ ਮੋੜ ਦੂੰਗੀ। ਨੋ ਨੀ ਬਾਕੀ ਹੋ ਰਹੀ ਐ। ਮੋੜ ਦੂੰਗੀ। ਲਾਪਰੀ ਤੈਨੂੰ ਸਾਦੋ ਕਿੱਥੇ ਹੈਗੀ? ਉਹ ਬਾਊ ਬੱਠਲ ਚ। ਸਾਦ। ਸਾਦਲਾ ਸਾਦਲਾ ਬਾਈ। ਲਾਪਰੀ ਤਾ। ਲਾਪਰੀ ਤਾ। ਨਾ ਪਾਬੀ ਤੈ ਕਿੱਧਰ ਮੂੰਹ ਝੱਕਿਆ ਪਿੱਛੇ ਆਈ ਜੰਨੀ ਅੰਦਰ ਬੜਨ ਨੂੰ। ਮੈਂ ਮੈਂ ਤਾਂ ਮੰਜੇ ਤੇ ਬੈਠੂੰਗੀ। ਉਰੀ ਖੜ ਜਾ। ਉੱਥੇ ਛਾਵੇਂ ਖੜ ਜਾ ਜਾਮਣ ਥੱਲੇ। ਮੈਂ ਤਾਂ ਬੈਠੂੰਗੀ। ਉੱਧਰ ਨਹੀਂ ਜਾਣਾ ਤਾ। ਸਾਡਾ ਪਹਿਲੀ 8 ਲੱਖ ਚੱਕਿਆ ਗਿਆ। ਵੇ ਮੈਂ ਕਿੱਥੋਂ ਲੈ ਗਈ 8 ਲੱਖ ਤੇਰੇ ਰੁੜ ਜਾਣੇ ਆ। ਮੈਂ ਕਿ ਚੋਰ ਨਹੀਂ ਦਿਸਦੀਆਂ ਤੈਨੂੰ। ਮੇਨ ਨਾਲ ਇੱਕ ਗੱਲ ਦੱਸ ਆ ਤੁਹਾਡੇ 8 ਲੱਖਾ ਕਿੱਥੋਂ ਗਿਆ ਲੈ ਕਹਿੰਦੀ 8 ਲੱਖ ਕਿੱਥੋਂ ਆਗਾ ਨਾ ਅਸੀਂ ਨੰਗ ਬਲੰਗ ਤੁਰੇ ਫਿਰਦੇ ਸਾਡੇ ਹੈ ਨਹੀਂ ਕੁਛ ਵੇ ਪਤਾ ਹੀ ਐ ਮੈਨੂੰ ਕਿੱਥੋਂ ਆਉਂਦੇ ਨੇ ਪੈਸੇ ਜਾਂ ਤੂੰ ਬਾਲੀ ਜਵਾਜੀ ਨਾ ਮਾਰਾ ਆਦੀ ਬਹੂ ਨੂੰ ਬੁਲਾ ਦੇ ਮੈਂ ਉੱਥੇ ਇਹਨੇ ਮੰਝੇ ਦੇ ਬੈਣੀ ਆ ਮੈਨੂੰ ਪਤਾ ਹੀ ਐ ਵੀ ਤੈਨੂੰ ਤਾਂ ਸਾਰੇ ਪਿੰਡ ਦਾ ਹੀ ਪਤਾ ਹੁੰਦਾ ਪਿੰਡ 'ਚ ਕਿਸੇ ਦਾ ਜਵਾਕ ਹੋਵੇ ਨਾ ਇੰਨੀ ਛੇਤੀ ਮਹੰਤਾਂ ਨੂੰ ਨਹੀਂ ਪਤਾ ਲੱਗਦਾ ਜਿੰਨੀ ਛੇਤੀ ਤੂੰ ਵਗ ਜਾਨੀ ਐ ਵਿਝਾਈ ਦੇ ਦੋ ਭੇਜਦਾ ਲਾ ਪ੍ਰੀਤ ਲੈ ਕਿੰਨਾ ਟਾਈਮ ਹੋ ਗਿਆ ਅੰਦਰ ਬੜਿਆਂ ਨੂੰ ਨਿਕਲੇ ਨਹੀਂ ਹੈਗੇ ਅੰਦਰੋਂ ਕੁਸਰਮੁਸਰ ਉੱਥੇ ਕਰੀ ਜਾਂਦੇ ਨੇ ਮੈਨੂੰ ਲੱਗਦਾ ਤੇ ਬਹੁਤ ਸਿਖਾਉਂਦਾ ਹੋਣਾ ਅੱਛਾ ਜੱਸੀ ਕਿਵੇਂ ਭੈਣੇ ਹਾਂ ਠੀਕ ਆ ਭੈਣੇ ਵਧੀਆ ਠੀਕ ਠਾਕ ਹੋਰ ਸਰਕਾਰ ਵਾਲੀ ਨੇ ਕਰਤੀ ਠੀਕ ਆ ਦੋ ਪਾਥੀਆਂ ਲੈਣ ਆਈ ਸੀ ਹਾਂ ਜਾ ਕੇ ਦੋ ਟੁਕੜੇ ਜੇ ਫੜਾਤੇ ਉਹਦੇ ਸਵਾਦ ਤਾਂ ਨੂੰ ਪਤਾ ਹੀ ਹੈ ਭੈਣੇ ਗੁੱਸਾ ਨਾ ਕਰਿਆ ਕਰ ਤੂੰ ਤਾਂ ਮਸੀਂ ਸਾਡੇ ਘਰੇ ਆਈ ਹੈ ਨੀ ਭੈਣੇ ਮੈਂ ਤਾਂ ਕਿਹਾ ਸੀ ਬੱਠਾ ਧਰ ਦੇ ਦੋ ਟੁਕੜੇ ਜੇ ਫੜਾਤੇ ਚੱਕ ਕੇ ਅੱਛਾ ਮੇਨਾਂ ਨਾਲ ਮੇਰੇ ਅੱਗੇ ਬਣੂ ਦੋ ਟੁਕੜਿਆਂ ਨਾਲ ਚੱਲ ਉਹ ਤਾਂ ਛੋੜ ਕਰਦਾ ਹੋਣਾ ਮੈਂ ਬੱਠੜ ਭਰ ਦਿੰਨੀ ਆ ਤੇਰਾ ਪਾਥੀਆਂ ਦਾ ਨਹੀਂ ਨਹੀਂ ਛੋੜ ਕਿਉਂ ਕਰਦਾ ਸੀ ਲੈ ਤੇਰੇ ਸੱਸ ਬਥੇਰੀਆਂ ਸਾਡੇ ਕੌਲੀਆਂ ਲੈ ਕੇ ਜਾਂਦੀਆਂ ਖੰਡ ਦੀਆਂ ਭਰਾ ਭਰਾ ਕੇ ਦਾਦੀਆਂ ਭਰਾ ਭਰਾ ਕੇ ਮੈਂ ਤਾਂ ਕਦੇ ਜਵਾਬ ਨਹੀਂ ਦਿੱਤਾ ਹਾਂ ਉਹ ਤਾਂ ਹੈ ਚੱਲ ਮੈਂ ਬੱਠੜ ਭਰ ਦਿੰਨੀ ਆ ਤੂੰ ਐ ਕਰ ਕੋਈ ਨਾ ਬਹਿ ਜਾ ਬੱਠੜ ਤਾਂ ਫੇਰ ਭਰਦੀ ਤੂੰ ਇੱਥੇ ਬਹਿ ਜਾ ਗੱਲਾਂ ਕਰਾਂਗੇ ਆਪਾਂ ਬੈ ਕੇ ਹੋਰ ਸੁਣਾ ਫਿਰ ਅੱਜ ਕਿਵੇਂ ਜਾਦ ਆ ਗਈ ਵੀ ਲਾਪੀ ਦੇ ਘਰੇ ਕਿਹੜਾ ਮਾਰਿਆ ਮਾਂ ਤੂੰ ਤਾਂ ਜਮੀਂ ਸੱਚੀ ਲੰਗਦੀ ਆ ਨਾ ਬਾਰਮੂਰ ਦੀ ਲੰਗ ਜਾਂਦੀ ਆ ਸਿੱਧਾ ਸਾਡੇ ਘਰ ਦਾ ਤੂੰ ਮੂੰਹ ਵੀ ਨਹੀਂ ਦੇਖਦੀ ਨਹੀਂ ਕੀ ਕਰਾਂ ਟਾਈਮ ਹੀ ਲੱਗਦਾ ਘਰ ਦੇ ਕੰਮ ਹੀ ਅ ਨੀ ਹੋਰ ਸਣਾ ਮੈਂ ਤਾਂ ਐ ਪੁੱਛਦੀ ਸੀ ਨੀ ਮੈਂ ਸੁਣਿਆ ਤੁਹਾਡੀ ਬੁੜੀ ਦਾ 8 ਲੱਖ ਚੱਕਿਆ ਗਿਆ ਸੱਚ ਹੈ ਕਿ ਨ ਝੂਠ ਹੈਗਾ ਹਾਂ ਭੈਣੇ ਪੈਸੇ ਤਾਂ ਚੱਕੇ ਗਏ ਸੀਗੇ ਨੀ ਪੈਸੇ ਆਉਂਦੇ ਕਿੱਥੋਂ ਨੇ ਇਹਨੇ ਛੋਡੀ ਪਤਾ ਨਹੀਂ ਮੈਨੂੰ ਤਾਂ ਇਹਨਾਂ ਕੋਲ ਹੀ ਹੋਣਗੇ ਨੀ ਮੈਨੂੰ ਪਤਾ ਤਾਂ ਸਾਰੀ ਹੈ ਸਾਰੇ ਪਿੰਡ ਦੀ ਖਬਰ ਪਹਿਲਾਂ ਮੇਰੇ ਕੋਲੇ ਆਉਂਦੀ ਹੈ ਵੀ ਕਿਸੇ ਦੇ ਘਰ 'ਚ ਕੀ ਹੋ ਰਿਹਾ ਤੇ ਐਂ ਦੱਸ ਮੈਨੂੰ ਪਤਾ ਤਾਂ ਹੈਗਾ ਹੀ ਆ ਕੁਲਦੀਪ ਗੁਰ ਨੇ ਤੈਨੂੰ ਜਾਣ ਦਿੱਤਾ ਹੈਗਾ ਪੇਕ ਕਿੰਨਾ ਟਾਈਮ ਹੋ ਗਿਆ ਤੈਨੂੰ ਗਈ ਨੂੰ ਵੈਸੇ ਤਾਂ ਮੈਂ ਕੱਲ ਹੀ ਆਈਆਂ ਬੇਕਿਆਂ ਤੋਂ ਤਾਂ ਪਰ ਮੈਨੂੰ ਪਤਾ ਹੀ ਇਹਨਾਂ ਨੇ ਮੈਨੂੰ ਕਿਹੜੇ ਹਾਲਾ ਨਾਲ ਭੇਜਿਆ ਹਾਂ 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 ਮੈਨੂੰ ਸਾਰਾ ਪਤਾ ਹੈ ਅਬ ਚਲ ਛੱਡ ਭੈਣੇ ਮੈਂ ਨਾ ਗੋਹੇ ਦਾ ਬੱਠਲ ਭਰ ਕੇ ਦਿੰਨੀ ਤੈਨੂੰ ਸੁੱਕਿਆ ਨਹੀਂ ਗੋਹੇ ਗਾਇ ਤਾਂ ਛੱਡ ਮੇਰੀ ਗੱਲ ਸੁਣ ਨਾ ਜੇ ਤੂੰ ਸੱਸ ਸੁਧਾਰਨੀ ਆਪਦੀ ਤਾਂ ਮੈਂ ਸੁਧਾਰ ਦੂੰ ਉਹਨੂੰ ਕਿਵੇਂ ਨਹੀਂ ਇਹ ਕੰਮ ਨਹੀਂ ਪਹਿਲਾਂ ਤਾਂ ਇਹਨੂੰ ਬੁਲਾ ਨਹੀਂ ਤੂੰ ਕੀ ਕਹਿੰਦਾ ਇਹੋ ਹੋ ਤੁਸੀਂ ਕਾਹਨੂੰ ਬੋਲੀ ਇਹਨੂੰ ਤੂੰ ਬਹਿ ਜਾ ਭੈਣੇ ਉਹਦਾ ਮਜ਼ਾਕ ਕਰਦਾ ਮੈਂ ਕਿ ਨਹੀਂ ਬੁਲਾ ਤੂੰ ਇਹਨੂੰ ਹਾਂ ਦੱਸ ਬਈ ਤੁਸੀਂ ਚੁੱਪ ਕਿਉਂ ਨਹੀਂ ਕਰਦੇ ਮੰਮੀ ਨੇ ਉੱਠ ਜਾਣਾ ਨੱਕਾ ਦੋ ਨਾਂਵੇਂ ਸੁਣੀ ਜਨਾ ਕਦੇ ਕੋਈ ਸੁਧਾਰ ਦੇ ਕਦੇ ਕੋਈ ਸੁਧਾਰ ਉਹ ਗੱਲਾਂ ਆ ਪਰ ਚਾਈ ਆ ਜਿਹੜੀ ਤੂੰ ਮੰਮੀ ਨੂੰ ਸੁਧਾਰਨ ਵਾਲੀ ਗੱਲ ਕਰਦੀ ਦੀ ਇਹ ਮੈਨੂੰ ਤੇਰੀ ਸਿਆਣੀ ਲੱਗੀ ਅੱਛਾ ਹਾਂ ਇਹ ਸੁਧਾਰ ਨਹੀਂ ਹੈ ਮੇਰਾ ਹਾਂ ਸੁਧਾਰ ਨਹੀਂ ਹੈ ਮੈਂ ਤਾਂ ਐਂ ਕਹਿੰਨੀ ਆ ਦੋਨਾਂ ਨੂੰ ਚੂਹੇ ਵਾਲੀਆਂ ਗੋਲੀਆਂ ਪਾ ਦੋ ਨਹੀਂ ਇਹਨੂੰ ਪਾਥੀਆਂ ਪਾ ਕੇ ਤੋੜ ਬੈਣੇ ਤਾਂ ਕਿਹੋ ਜਿਹੀ ਗੱਲਾਂ ਕਰਦੀਆਂ ਉਹਨਾਂ ਨਾਲ ਬੰਦਾ ਮਰ ਜਾਂਦਾ ਹੁੰਦਾ ਨਹੀਂ ਨਹੀਂ ਮਰਦਾ ਜੇ ਤੇ ਮਿਆਲ ਟੱਪੀ ਹੁੰਦੀ ਉਹ ਪਾ ਦੋ ਨਹੀਂ ਮੈਂ ਮੇਰੇ ਸੱਸ ਨੂੰ ਪਾਈਆਂ ਸੀ ਉਹ ਹੁਣ ਬੌਲੀ ਹੋਈ ਬੈਠੀ ਐ ਨਾ ਮਰਿਆਂ ਚ ਨਾ ਜਿਉਂਦਿਆਂ ਚ ਜੇ ਪਾਉਣੀਆਂ ਨੇ ਗੱਲ ਕਰ। ਕੋ ਭਾਬੀ ਕਹੇ ਜੀਆਂ ਗੱਲਾਂ ਕਰੀ ਜਾਨੀ ਐ। ਕਟੋਕੜ ਕੋਈ ਚੱਜ ਦੀ ਮੱਤ ਤਾਂ ਦੇ ਦੇ। ਹੋਈ ਬੈਠੀ ਐ ਬੌਲੀ। ਉਹ ਮੇਰੀ ਮਾਨ ਤਾਂ ਮਰਾ ਕੇ ਪੈਂਡਾ ਛੜਾਏਂਗੀ ਤੂੰ ਫੇਰ। ਜਾ ਆਪਦਾ ਕੰਮ ਕਰ ਲੈ ਜਾ ਜਿਹੜੇ ਚਾਰ ਬਾਥੀਆਂ ਲੈ ਜਾਣੀਆਂ ਨੇ। ਬੇ ਤੇਰੀ ਤਾਂ ਮਾਂ ਤੈਨੂੰ ਤਾਂ ਮੇਰ ਆਉਂਦੀ ਐ। ਆ ਜਿਹਨੂੰ ਤੰਗ ਕਰਦੀ ਐ ਇਹਨੂੰ ਪੁੱਛ ਕੇ ਦੇਖ ਆ। ਸਾਨੂੰ ਪਤਾ ਹੀ ਐ ਕਿੰਨਾ ਕ ਤੰਗ ਹੁੰਦੀ ਐ ਕਿੰਨਾ ਕ ਨਹੀਂ ਲਾਪਰੀ ਤਾਂ। ਧੋਰ ਦੇ ਬੱਠਲ ਚ ਪਾ ਕੇ ਚਾਰ ਬਾਥੀਆਂ। ਨਾਲੇ ਆਜਾ ਜੱਜ ਖਾਤਰ ਨੇ ਅੱਗੇ ਤੋਂ ਨਹੀਂ ਹੈਗੀਆਂ ਸਾਡੇ। ਬੇ ਆ ਰੋਜ ਨਹੀਂ ਆਉਂਦੀ ਕੋਈ ਨਾ ਪਹਣੇ ਤੂੰ ਇਹਨਾਂ ਦਾ ਗੁੱਸਾ ਨਾ ਕਰਿਆ ਕਰ ਇਹ ਤਾਂ ਉਹੀ ਮਜ਼ਾਕ ਕਰਦੇ ਨੇ ਆ ਜਾ ਮੈਂ ਬਟਾ ਨਾ ਨਾ ਮੈਨੂੰ ਗੁੱਸਾ ਨਹੀਂ ਆਉਂਦਾ ਚੱਲ ਨਹੀਂ ਮਤਾਂ ਕੰਨੀ ਆ ਸਾਡੇ ਪਈਆਂ ਨੇ ਮਿਆਦਾ ਟੱਪੀਆਂ ਵਾਲੀਆਂ ਗੋਲੀਆਂ ਤੂੰ ਆ ਜਾ ਆ ਜਾ ਪਾਥੀਆਂ ਪਵਾ ਲੈ ਲੈ ਆ ਜਾ ਪਹਣੇ ਤੈਨੂੰ ਬਤਾ ਦੇ ਆਪਾਂ ਕਿਹੜਾ ਪਸੂ ਰੱਖਦੇ ਆ ਆਪਾਂ ਤਾਪ ਮੁੱਲ ਲੈਣੇ ਆਂਗੇ 2 ਰੁਪਏ ਦੀ ਹੁਣ ਤਾਂ ਤੂੰ ਇੱਕ ਪਾਥੀ ਦਿੰਦੀਆਂ ਨੇ ਉਹ ਵੱਡੀ ਜਿਹੜੀ ਪਥੂਲੀ ਹੁੰਦੀ ਆ ਆਹ 5 ਦੀ ਕਰ ਰੱਖੀ ਐ ਲੈ ਫੜ ਨੀ ਪਣ ਚਾਰਕ ਹੋਰ ਤਾਂ ਪਾ ਦੇ ਇਹ ਨਾਲ ਮੇਰਾ ਕੀ ਹੋਊ ਤੂੰ ਤਾਂ ਆਪ ਕੰਜੂਸਣੀ ਆ ਪਣ ਆ ਦੇ ਘਰ ਵਾਲੇ ਮੰਗੂ ਨਹੀਂ ਬਾਲੀ ਨੀ ਚਾ ਲੋ ਨੀ ਪਾ ਦੇ ਪਾ ਦੇ ਚਾਰਕ ਹੋਰ ਇਹ ਤਾਂ ਗੋਹੀ ਏ ਕਿਹੜਾ ਸੋਨਾ ਹੈ ਸੱਚ ਦੇਖ ਲੈ ਨੀ ਕਿਵੇਂ ਬੋਲਦਾ ਤੇਰੇ ਘਰ ਵਾਲਾ ਹਲੇ ਵੀਂ ਟਿਕਦਾ ਨਹੀਂ ਲੈ ਫੜ ਹੁਣ ਤਾਂ ਬਹੁਤ ਨੇ ਸੱਚ ਚਾਰਕ ਹੋਰ ਪਾ ਦੇ ਪਾ ਦੇ ਪਾ ਦੇ ਇਹਨੂੰ ਨਹੀਂ ਹੈ ਗਿਆ ਓਹੋ ਇਹਨੂੰ ਤਾਂ ਪਣੇ ਹੈ ਨਹੀਂ ਅਸੀਂ ਤਾਂ ਕਦੇ ਬਣਾਇਆ ਵੀ ਨਹੀਂ ਅਸੀਂ ਕਿਹੜਾ ਗੋਹਾ ਦੇਖਦੇ ਆ ਨੀ ਚੱਲ ਫਿਰ ਭਣੇ ਐਂ ਕਰੀ ਇੱਕ ਪਾਥੀ ਥੱਲੇ ਧਰਦੀ ਮੇਰੇ ਸਿਰ ਤੇ ਨਾਲੇ ਮੇਰੀ ਇੱਕ ਪਾਥੀ ਵੱਧ ਜੂਗੀ ਹਾਂ ਐਂ ਕਰਦੇ ਆ ਹੋਰ ਐਂ ਕਰੀ ਪਾ ਦੇ ਫਿਰ ਚਾਰ ਕ ਪਾਥੀਆਂ ਹੋਰ ਪਾ ਦੇ ਲੈ ਲੈ ਫੜਾ ਭਣੇ ਇਹਨੂੰ ਤਾਂ ਤੂੰ ਲੈ ਕੇ ਆਉਣਾ ਸੀ ਘਰੋਂ ਨੀ ਭਣੇ ਭੁੱਲ ਗਈ ਜਿਆਦਾ ਨਹੀਂ ਰਿਹਾ ਮੇਰੇ ਤਾਂ ਛੱਟ ਤਾਂ ਭਣੇ ਮੈਂ ਆਪੇ ਲੂੰ ਚੱਲਾ ਲੈ ਚੱਲ ਨੀ ਮੇਰੇ ਤਾਂ ਗੱਲ ਸੁਣਾ ਜੇ ਗੋਲੀਆਂ ਪਾਉਣੀਆਂ ਹੋਈਆਂ ਦੱਸ ਦੀ ਮੈਨੂੰ ਇਹ ਇੰਨੇ ਸਾਡੇ ਮਿਆਰ ਟੱਪੇ ਵਾਲੀਆਂ ਗੋਲੀਆਂ ਨਾ ਭੈਣੇ ਮੈਂ ਨਹੀਂ ਇਹੋ ਜਿਹਾ ਕੁਛ ਕਰਦੀ ਪਾਪ ਨਹੀਂ ਕੁਛ ਨਹੀਂ ਹੁੰਦਾ ਭੈਣੇ ਸਾਡੀ ਬੁਢੀ ਸਾਰ ਦਿਨ ਐਂ ਖੁਰਕੀ ਜਾਂਦੀ ਸਰਜਾ ਐਂ ਖੁਰਕੀ ਜਾ ਕਰੂ ਕਦੇ ਕਿਸੇ ਕੋਲੇ ਲੱਗ ਕੇ ਬੈਗੀ ਕਦੇ ਕਿਸੇ ਕੋਲੇ ਲੱਗ ਕੇ ਬੈਗੀ ਚਲ ਕੋਈ ਤੇਰਾ ਪੰਡਾ ਤਾਂ ਛੁੱਟੂ ਜੂ ਭੈਣੇ ਸੋਚ ਲਈ ਭੈਣੇ ਕੋਈ ਨਾ ਗੱਲਾਂ ਦੀ ਤਾਂ ਲੀ ਟੁੱਟਣੇ ਨਹੀਂ ਦਿੰਦੀ ਹੈਗੀ ਹਾਏ ਹਾਏ ਲੈ ਅੱਜ ਤਾਂ ਬਧੀਆ ਵੱਠਲ ਬਣ ਗਿਆ ਪਾਥੀਆਂ ਦਾ ਸੱਚ ਮੈਂ ਤੂੰ ਹੀ ਲੱਲੀ ਨੇ ਮਾਰੇ ਆਈ ਸਾਡੀ ਬੁੜੀ ਨੂੰ ਪਤਾ ਲੱਗ ਗਿਆ ਫੇਰ ਮੇਰਾ ਕੀ ਬਣੂ ਲੈ ਆ ਆਉਂਦਾ ਇਹਨਾਂ ਦਾ ਬੁੜਾ ਇਹਦੇ ਭਰਦੀਆਂ ਕਰਨ ਤਾਇਆ ਪੈਰੀ ਪੈਨੀਆਂ ਪੈਰੀ ਪੈਨੀਆਂ ਭਾਈ ਪੈਰੀ ਪੈਨ ਨੂੰ ਕਿਹੜਾ ਤੂੰ ਪੈਰੀ ਹੱਥ ਲਾਤੇ ਮੇਰੇ ਤਾਇਆ ਸਿਰ ਤੇ ਤੇ ਮੱਠਲ ਚੱਕ ਰੱਖਿਆ ਔਰ ਤੇਰੇ ਪੈਰਾਂ 'ਚ ਮਾਰਾਂ ਮੱਠਲ ਉਹ ਤਾਂ ਪਹਿਲਾਂ ਵਾਲੀਆਂ ਹੀ ਸੀ ਜਿਹੜੇ ਪੈਰੀਆਂ ਹੱਥ ਲਾਉਂਦੀਆਂ ਸੀ ਹੁਣ ਤਾਂ ਅੱਜ ਕੱਲ ਦੇ ਤਾਂ ਹੈਲੋ ਹੈਈ ਕਰ ਜਾਂਦੇ ਨੇ ਇਹਨੀਆਂ ਨੇ ਚੰਗਾ ਤਾਇਆ ਤੂੰ ਬਾਲੀਆਂ ਨਾ ਮਾਰ ਹਾਂ ਕੀ ਮੈਂ ਤਾਂ ਐਂ ਕਹਿੰਦੀ ਸੀ ਮੈਂ ਤੁਹਾਡੇ ਲੈਣੇ ਤਾਇਆ ਪਾਥੀਆਂ ਤਾਂ ਸਾਡਾ ਸਿਲੰਡਰ ਮੁੱਕ ਗਿਆ ਪਾਥੀਆਂ ਫੇਰ ਮੈਂ ਤੁਹਾਡੇ ਲੈਣ ਆ ਗਈ ਅੱਛਾ ਹੁਣ ਕੀ ਕਰੀਏ ਭ ਮਾਤਾ ਇਹ ਕਹਿੰਦਾ ਤਾਇਆ ਤਾ ਉਹ ਚੜੇਲ ਜੀ ਨਾਲ ਵਿਆਹ ਕਿਵੇਂ ਕਰਾ ਲਿਆ ਹੇ ਤੇਰਾ ਕੀ ਮਤਲਬ ਭਾਈ ਚੜੇਲ ਤੂੰ ਚੜੇਲ ਕਿਉਂ ਕਹਿੰਦੀ ਮੇਰੇ ਘਰ ਵਾਲੀ ਨੂੰ ਬਤਾਇਆ ਸਾਰਾ ਦਿਨ ਤੇਰੇ ਨੂਨੂ ਤੇ ਪਾਈ ਜਾਂਦੀ ਐ ਉਹ ਨੂਨੂ ਤੇ ਪਾਉਂਦੀ ਐ ਮੈਨੂੰ ਤੇ ਪਾਉਂਦੀ ਐ ਤੈਨੂੰ ਤਾਂ ਨਹੀਂ ਕੁਝ ਕਹਿੰਦੀ ਨਾਲੇ ਚੜੇਲ ਨਾ ਕਹਿ ਫੇਰ ਵੀ ਮੇਰੇ ਘਰ ਵਾਲੀ ਆਹੋ ਚੰਗਾ ਬਾਲੀਆਂ ਨਾ ਮਾਰਤਾ ਆ ਮੈਨੂੰ ਸਾਰਾ ਹੀ ਪਤਾ ਐ ਐਂ ਦਾ ਤਾਇਆ ਮੈਨੂੰ ਪਤਾ ਤੇਰੇ ਘਰ ਵਾਲੀ ਐ ਤੁਹਾਡੇ ਘਰੇ ਕੰਜਰ ਕਲੇਸ਼ ਤਾਂ ਰੋਜ਼ ਰਹਿੰਦਾ ਐ ਆਂ ਸਾਰਾ ਮੈਨੂੰ ਪਤਾ ਹੀ ਹੈਗਾ ਮੈਂ ਤਾਂ ਤੁਹਾਡਾ ਫਾਇਦਾ ਕਰਨ ਆਈ ਸੀ ਫਾਇਦਾ ਸਾਡਾ ਫਾਇਦਾ ਦੱਸ ਭਾਈ ਕੀ ਫਾਇਦਾ ਕਰਨੀ ਸੀ ਤੂੰ ਸਾਡਾ ਮੈਂ ਤਾਂ ਤਾਇਆ ਤੁਹਾਡੀ ਬੁੜੀ ਸੁਧਾਰਨ ਦੀ ਰਾਇ ਦੇ ਕੇ ਆਈ ਆ ਤੇ ਨੂੰ ਤੇ ਮੁੰਡੇ ਨੂੰ ਵੀ ਸਾਡੇ ਘਰੇ ਮਿਆਦ ਰੱਪੇ ਲਿਆ ਚੂਹੇ ਦੀਆਂ ਗੋਲੀਆਂ ਪਈਆਂ ਨੇ ਉਹ ਪਾ ਦੋ ਮੈਂ ਮੇਰੇ ਸੱਸ ਨੂੰ ਪਾਉਂਦੀ ਹੁੰਦੀ ਸੀ ਲਓ ਨਾ ਮਰਿਆਂ ਚ ਨਾ ਜਿਉਂਦਿਆਂ ਚ ਹੁਣ ਉਹ ਬੱਸ ਕਰ ਭਾਈ ਬੱਸ ਕਰ ਇਹ ਜੀ ਰਹਿ ਕਿਸੇ ਨੂੰ ਹੋਰ ਦੇਈ ਸਾਨੂੰ ਨਹੀਂ ਲੋੜ ਤੇਰੀ ਇਹ ਜੀ ਰਾਇ ਦੀ ਚੱਲ ਚੰਗਾ ਤਾਇਆ ਪਲਾਈ ਦਾ ਜਮਾਨਾ ਹੀ ਨਹੀਂ ਰਿਹਾ ਮੇਰਾ ਇੱਕ ਪੱਠੜਾ ਪਾਥੀਆਂ ਦਾ ਬਣ ਗਿਆ ਮੈਂ ਕੀ ਲੈਣਾ ਪਾਥੀਆਂ ਦਾ ਪੱਠੜ ਬਣ ਗਿਆ ਮੈਨੂੰ ਤਾਂ ਇਹਨਾਂ ਦੀ ਨਹੀਂ ਸਮਝ ਆਉਂਦੀ ਵੀ ਇਹਨੂੰ ਅੰਦਰ ਕਿਵੇਂ ਬੜਨ ਦਿੱਤਾ ਵਿਰੋਧੀ ਕਹੋ ਤੂੰ ਸਾਡੇ ਘਰੋਂ ਬਾਹਰ ਜਾ ਇਹ ਤਾਂ ਘਰ ਘਰ ਖਬਰਾਂ ਲੈਂਦੀ ਤੁਰੀ ਫਿਰਦੀ ਆ ਆ ਘਰ ਦੀ ਖਬਰ ਸੁਣ ਕੇ ਉਹਦੇ ਕੋਲ ਦੱਸਦੀ ਉਹ ਘਰ ਦੀ ਖਬਰ ਲੈ ਕੇ ਉਹਨਾਂ ਦੇ ਦੱਸਦੀ ਇਹ ਤਾਂ ਸਾਰਾ ਦਿਨ ਅਖਬਾਰ ਬਣੀ ਰਹਿੰਦੀ ਐ ਆਗੇ ਤੁਸੀਂ ਆ ਗਈ ਮੈਂ ਤਾਂ ਬਾਰੇ ਟਾਈਮ ਲਾਇਆ ਬਾਹਲਾ ਕੀ ਪੁੱਛਣਾ ਉਹਨਾਂ ਦਾ ਤਾਂ ਪੂਰਾ ਹਾਲ ਹੋਇਆ ਪਿਆ ਮਾਮਾ ਤੇ ਨਾਨਾ ਐਨਾ ਹਾਉ ਕੁੜਾ ਕਰਾਂ ਕੀ ਫਿਰ ਇਹ ਜੀ ਤੱਕ ਕਿੱਥੋਂ 흘ਿਆ ਜਾਂਦਾ ਫਿਰ ਤਾਂ ਵਿਚਾਰੇ ਦਾ ਮਰ ਕੇ ਹੀ ਖੜਾ ਛੁੱਟਿਆ ਹੈਨਾ ਹੀ ਖੜਾ ਛੁੱਟਿਆ ਤਾਂ ਪਤਾ ਹੀ ਸੀ ਕਿੰਨੇ ਚਿਰ ਦਾ ਬਿਮਾਰ ਪਿਆ ਸੀ ਤੇ ਮੈਂ ਤਾਂ ਬਹੁਤ ਢੀਕਿਆ ਤੇ ਉਹਨੂੰ ਆਪਣੇ ਰਿਸ਼ਤੇਦਾਰ ਆਏ ਸੀਗੇ ਰਿਸ਼ਤੇਦਾਰ ਰਿਸ਼ਤੇਦਾਰ ਕਿਹੜੇ ਆਏ ਸੀ ਆਪਣਾ ਜਵਾਈ ਤੇ ਕੁੜਮਾ ਆਏ ਸੀਗਾ ਜਵਾਈ ਤੇ ਕੁੜਮ ਸੁੱਖ ਤਾਂ ਹੈ ਸੁੱਖ ਹੈ ਉਹ ਨਾ ਪੈਸੇ ਲੈਣ ਆਏ ਸੀ 8 ਲੱਖ ਰੁਪਇਆ ਦੇ ਕੇ ਆ ਕੇ 8 ਲੱਖ 8 ਲੱਖ ਕਾਹਦਾ ਦੇਗੇ ਉਹ ਮੈਂ ਤਾਂ ਉਹਨਾਂ ਨੂੰ ਬੋਲ ਕੇ ਆਇਆ ਸੀ ਵੀ ਆ ਜਾਂਦੇ ਤੇ ਅਸੀਂ ਪੈਸੇ ਲੈਂਦੇ ਨਹੀਂ ਫਿਰ ਉਹਨਾਂ ਨੇ ਬਹੁਤ ਸਮਝਾਇਆ ਗੱਲਬਾਤ ਸਾਰੀ ਕਰੀ ਤਾਰੀ ਨੇ ਵੀ ਬਿੱਕਰ ਸਿੰਘ ਨੇ ਵੀ ਹਾਂ ਕਹਿੰਦਾ ਵੀ ਤੁਹਾਨੂੰ ਤਾਂ ਪਤਾ ਹੀ ਆ ਜੋਰਾ ਸੈ ਸੀ ਤਾਂ ਤੁਹਾਡੇ ਨਾਲ ਹੀ ਸੀ ਮੈਂ ਇਹਨੂੰ ਸਾਰੀ ਗੱਲ ਦਾ ਪਤਾ ਲੱਗਿਆ ਵੀ ਉਦੋਂ ਵੀ ਆਪਣੇ ਨਾਲ ਵਧੀਆ ਗੱਲਾਂ ਕਰਦੇ ਸੀਗੇ ਹਾਂਜੀ ਹਾਂਜੀ ਵੀ ਇਹ 5 ਲੱਖ ਰੁਪਇਆ ਤਾਂ ਜੀ ਉਹ ਹੋ ਆ ਜਿਹੜਾ ਤੁਸੀਂ ਦੇ ਕੇ ਆਏ ਹੋ ਹਾਂ ਤੇ 3 ਲੱਖ ਰੁਪਇਆ ਸੀ ਉਹ ਦਿੰਨੇ ਆ ਵੀ ਜਿਹੜਾ ਤੁਸੀਂ ਆੜਤੀਆਂ ਦੇ ਦੇਣਾ ਉਹ ਦੇ ਦੇਓ ਵੀ ਥੋੜੇ ਫਿਰ ਵਿਆਜ ਨਹੀਂ ਪਊਗਾ। ਨਾ ਮੇਰੀ ਗੱਲ ਸੁਣੋ ਥੋੜਾ ਦਿਮਾਗ ਤਾਂ ਨਹੀਂ ਖਰਾਬ ਹੋਇਆ। 3 ਲੱਖ ਕਾਹਦਾ? ਚਲ 5 ਲੱਖ ਤਾਂ ਪਾ ਦਿੱਤਾ ਸੀ। 3 ਲੱਖ ਲੈਣ ਦੀ ਕੀ ਲੋੜ ਸੀ? ਜੇ ਕੱਲ ਨੂੰ ਉਹਦੀ ਸੱਸ ਨੂੰ ਪਤਾ ਲੱਗ ਗਿਆ ਤਾਂ ਕਿੰਨਾ ਜਲੂਸ ਕੱਢੂਗੀ ਉਹ। ਮੈਂ ਬਹੁਤ ਉਹਨਾਂ ਨੂੰ ਰਿਕਵੈਸਟ ਕਰੀ ਸਮਝਾਇਆ ਉਹ ਬਹੁਤ ਵਧੀਆ ਗੱਲਾਂ ਕਰਕੇ ਕਹਿ ਕੇ ਇਹਨੇ ਵੀ ਤੁਸੀਂ ਇਹ ਬਿਸ਼ੱਕ ਮੋੜ ਦਿਓ ਕਿ ਨਾ ਵਿਆਜ ਪੈਣੋਂ ਤਾਂ ਹਟਾਓ। ਆਹ ਗੱਲ ਕਹਿ ਕੇ ਗਏ ਨੇ। ਮੈਂ ਨਹੀਂ ਚਾਹੁੰਦੀ। ਵੀ ਮੈਂ ਧੀ ਕਰੂੰ ਪੈਸੇ ਲਵਾ। ਜਿਹੜੇ ਆਪਾਂ ਦੇਤੇ ਸੀ ਉਹ ਲੈਣ ਦੀ ਕੀ ਲੋੜ ਸੀ 5 ਲੱਖ ਲੈਣ ਦੀ ਵੀ ਲੋੜ ਨਹੀਂ ਸੀ ਸਾਰੇ ਪੈਸੇ ਉਹਨਾਂ ਨੂੰ ਆਈ ਮੋੜਨੇ ਸੀ ਨਹੀਂ ਉਹ ਨਾ ਆਪਣੀ ਕੁੜਮਣੀ ਤੋਂ ਚੋਰੀਆਂ ਦੇਣ ਆਏ ਨੇ ਉਹਨੂੰ ਤਾਂ ਪਤਾ ਨਹੀਂ ਹੈ ਕਿਸੇ ਗੱਲ ਦਾ ਕੁੜਮਣੀ ਨੂੰ ਜੇ ਪਤਾ ਲੱਗ ਗਿਆ ਫਿਰ ਬਣੂ ਕੀ ਆਪਣੀ ਕੁੜੀ ਦਾ ਮੇਰੀ ਗੱਲ ਸੁਣ ਲਿਆ ਮੈਂ ਲਾਪ੍ਰਿਤ ਨੂੰ ਫੋਨ ਲਾਉਣੀ ਆ ਉਹਦੇ ਨਾਲ ਕਰਦੀਆਂ ਗੱਲ ਨਹੀਂ ਫੋਨ ਲਾਉਣ ਦੀ ਕੋਈ ਲੋੜ ਨਹੀਂ ਮੈਨੂੰ ਕਹਿ ਕੇ ਗਏ ਨੇ ਵੀ ਕੋਈ ਫੋਨ ਨਹੀਂ ਕਰਨਾ ਕੁਝ ਨਹੀਂ ਕਰਨਾ ਨਾਲੇ ਆਪਣੇ ਮੁੰਡਾ ਨੂੰ ਨਹੀਂ ਪਤਾ ਲੱਗੂਗਾ ਕਿਸੇ ਗੱਲ ਦਾ ਆਪਣਾ ਸਾਰੇ ਪਾਸੇ ਲੋਟ ਰਹਿ ਗਿਆ ਕੰਮ ਇਹ ਤਾਂ ਗੱਲ ਠੀਕ ਆ ਤੁਹਾਡੀ ਪਰ ਮੈਨੂੰ ਤਾਂ ਬਹੁਤ ਚਿੰਤਾ ਹੋਗੀ ਜੇ ਉਹਦੀ ਸੱਸ ਨੂੰ ਪਤਾ ਲੱਗ ਗਿਆ ਆਪਣੀ ਕੁੜੀ ਦਾ ਬਣੂ ਕੀ ਚਲੋ ਤੁਸੀਂ ਇਸ ਗੱਲ ਦੀ ਨਾ ਚਿੰਤਾ ਨਾ ਕਰੋ ਮੈਂ ਸਾਰੀ ਗੱਲਬਾਤ ਉਹਨਾਂ ਨਾਲ ਕਰ ਲਈ ਹੈ ਕੋਈ ਫਿਕਰ ਕਰਨ ਵਾਲੀ ਹੈ ਨਾ ਆਜੋ ਅੰਦਰ ਆਜੋ ਹੁਣ ਬਹੁਤ ਚਿਰ ਹੋ ਗਿਆ ਵਾਰ ਪੰਜ ਬੰਚ ਵੀ ਨਹੀਂ ਸੁਣਦੇ ਮਰ ਜਵੇ ਵੀ ਮੈਂ ਮੁੜਿਆ ਨਾ ਮੇਰੀਆਂ ਨੀਂਦਾਂ ੜਾ ਕੇ ਅਬ ਤੂੰ ਸੁੱਤਾ ਪਿਆ ਸ਼ਰਮ ਹੈ ਨਹੀਂ ਤੈਨੂੰ ਮੈਨੂੰ ਲੱਗਦਾ ਮੇਰੇ 3 ਲੱਖ ਦਾ ਤੁਹਾਨੂੰ ਤਾਂ ਪੂਰਾ ਫਿਕਰਫਕਾ ਹੈ ਹੀ ਨਹੀਂ ਹਾਏ ਮੇਰੇ 3 ਲੱਖ ਰੁਪਏ ਸਰਪੰਚ ਪੰਚ ਵੀ ਨਹੀਂ ਮੇਰੇ ਸੁਣਦੇ ਮੇਰੀ ਗੱਲ ਸੁਣ ਲੈ ਤਾਰੀ ਨੀਂਦ ਚੋਂ ਬਾਹਰ ਨਿਕਲ ਪਹਿਲਾਂ ਹਾਂ ਦੱਸ ਦੱਸ ਲੈ ਕੇ ਆਇਆ ਆਪਣੇ ਸਾਸਰੇ ਨੂੰ ਕਹਿ ਜਿਹੜਾ 5 ਲੱਖ ਰਹਿੰਦਾ ਨਾ ਉਹ ਜੀਰੀ ਤੋਂ ਬਾਤ ਦੇਣ ਨੂੰ ਕਹਿੰਦੇ ਸੀ ਮੈਨੂੰ ਹੁਣੇ ਦੇ ਕੇ ਜਾਣ ਤੂੰ ਕਮਾਲ ਕਰਦੀ ਆ ਵਾ ਐ ਕਿ ਪੈਸੇ ਝਾੜਾਂ ਤੇ ਲੱਗਦੇ ਨੇ ਵੀ ਆਈ ਫੜਾ ਜਾਣ ਉਹ ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਕਹਿਤਾ ਨਾ ਮੈਨੂੰ 5 ਲੱਖ ਹੁਣੇ ਚਾਹੀਦਾ ਜਾਂ ਅੱਧਾ ਘੰਟਾ ਆ ਨਹੀਂ ਤਾਂ ਲਾਪਰੀਤ ਨੂੰ ਲੈ ਜਾਣ ਉਹ ਹਜੇ ਦਿਨ ਤਾਂ ਚਾਰ ਨਹੀਂ ਹੋਏ ਜਦ ਤਿੰਨ ਨੂੰ 5 ਲੱਖ ਦੇ ਕੇ ਗਏ ਨੇ ਉਹ ਮੈਂ ਕਹਿਤਾ ਨਾ ਵੀ ਬਾਕੀ ਦਾ 5 ਲੱਖ ਮੈਨੂੰ ਦੇ ਕੇ ਜਾਣ ਮੈਂ ਆਪਣਾ ਜਿਹੜਾ ਉਹਨੇ ਵਾਦਾ ਕੀਤਾ ਸੀ ਨਾ ਉਹੀ ਪੈਸਾ ਮੰਗਦੀ ਆ ਮੈਂ ਕੋਈ ਫालतू ਨਹੀਂ ਮੰਗਦੀ ਬਸ ਉਹਨਾਂ ਨੇ ਵੀ ਕਰਿਆ ਸੀ ਵੀ ਅਸੀਂ ਜੀਰੀ ਵਟ ਕੇ ਦਵਾਂਗੇ ਅਜੇ ਤਾਂ ਜੀਰੀ ਨੂੰ ਕੰਪੈਰ ਵੀ ਨਹੀਂ ਲਾਈ ਉਹਨਾਂ ਨੇ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਫੜ ਕੇ ਲਿਓਣ 5 ਲੱਖ ਰੁਪਈਆ ਦੇਣ ਬਸ ਉਹ ਕਿਉਂ ਰੌਲਾ ਪਾ ਰਖਿਆ ਤੁਸੀਂ ਮਾਪੋਤਾਂ ਨੇ ਕੀ ਗੱਲ ਐ ਆਹ ਦੇਖ ਲੈ ਹੁਣ ਸਾਰੇ ਕਿਧਰੋਂ ਪਹਿਲਾਂ ਸੁੱਤੇ ਪੈਨੂੰ ਉਠਾਤਾ ਇਹਨੇ ਉਹ ਕਹਿੰਦੀ ਉਹੋ 5 ਲੱਖ ਰੁਪਈਆ ਦੇ ਕੇ ਜਾਣਾ ਅਗਲਾ ਲਿਖਤ ਲਿਖਿਓ ਕਰਕੇ ਦੇ ਕੇ ਗਿਆ ਓਰੇ ਉਹ ਪਹਿਲਾਂ ਵਾਲਾ ਸਾਂਭ ਲਿਆ 5 ਲੱਖ ਰੁਪਈਆ ਤਾਂ ਐ ਆਹੋ ਜਿਵੇਂ ਆਇਆ ਸੀ ਓਵੇਂ ਹੀ ਗਿਆ ਤੂੰ ਹੁਣ ਟਿਕ ਜਾ ਹੁਣ ਕਿਉਂ ਪੰਗੇ ਪਾਉਣੀ ਐ ਮੇਰੀ ਗੱਲ ਸੁਣ ਲਓ ਦੋਨੇ ਜਾਣੇ ਫਾਲਤੂ ਨਾ ਮੇਰੇ ਨਾਲ ਗੱਲ ਕਰੋ ਜਦ ਮੈਂ ਕਹਤਾਂ ਨਾ 5 ਲੱਖ ਰੁਪਇਆ ਲਿਆ ਕੇ ਦਿਓ ਤਾਂ ਮੈਨੂੰ ਲਿਆ ਕੇ ਦਿਓ ਨਹੀਂ ਤਾਂ ਲਾਪਰੀ ਤੂੰ ਲੈ ਜਾਣ ਅੱਛਾ ਅੱਛਾ ਨਾ ਮੇਰੇ ਮਾਰੇ ਕਰ ਹੱਥੋਂ ਨਹੀਂ ਕਿਹਾ ਜਾਂਦਾ ਰੋਜ਼ ਰੋਜ਼ ਤੂੰ ਹੀ ਕਹਿ ਦਿਆ ਕਰ ਅਸੀਂ ਨਹੀਂ ਕਹਿ ਸਕਦੇ ਤੇ ਤਾਂ ਇਹ ਕਹਦੇ ਜਿਵੇਂ ਨਾ ਕਰ ਮਸ਼ੀਨ ਲੱਗੀ ਹੁੰਦੀ ਐ ਨੋਟ ਚਾਪਣ ਵਾਲੀ ਗਰੀਬ ਬੰਦੇ ਨੇ ਬਿਮਾਰ ਹੋ ਉਂ ਰਹਿੰਦੇ ਨੇ ਤੇਰਾ ਬੱਬਰ ਭਰਨਤੀ ਰਹਿਣਗੇ ਉਹ ਮੈਂ 3 ਲੱਖ ਰੁਪਈਆ ਬਸ ਆ ਜੋੜਿਆ ਸੀ ਉਹਦਾ ਪਤਾ ਹੁਣ ਚੱਕਿਆ ਗਿਆ ਹੁਣ ਕਿਉਂ ਬੁੱਕੀ ਜਾਨੀ ਐ ਪਤਾ ਨਹੀਂ ਕਿਹਦੇ ਬੇੜੇ ਬੈਠ ਗਏ ਪਰ ਪਰ ਬੇੜੇ ਡੁੱਬੜੇ ਜਿਨੇ ਮੇਰਾ 3 ਲੱਖ ਰੁਪਈਆ ਚੱਕਿਆ ਗਾ ਵੀ ਨਾ ਦਿਆ ਕਰ ਕੋਈ ਕਿਸੇ ਨੇ ਇੱਧਰ ਉੱਧਰ ਕਰਤੇ ਹੁਣ ਤੂੰ ਪੁੱਠੀਆਂ ਸਿੱਧੀਆਂ ਗੱਲਾਂ ਕਰ ਤੂੰ ਹੀ ਕੀਤੇ ਇੱਧਰ ਉੱਧਰ ਫੇਰ ਮੈਂ ਕੀਤੇ ਹਾਂ ਤੂੰ ਕਾਫੁਰ ਕਿਉਂ ਤੋਲਦੀ ਐ ਮੇਰੇ ਤੇ ਸੱਚੇ ਸੁੱਚੇ ਬੰਦੇ ਤੇ ਤੂੰ ਇਹੋ ਜਿਹੀ ਗੱਲਾਂ ਬੋਲ ਦਿੰਿਆ ਮੈਂ ਤਾਂ ਲਵੇ ਲਾਉਣੇ ਵੀ ਨਹੀਂ ਮੈਂ ਤਾਂ ਦੇਖੇ ਵੀ ਨਹੀਂ ਉਹ ਕਹੇ ਜੇ ਸੀ ਨਾਲੇ ਮੇਰੀ ਗੱਲ ਸੁਣ ਚੋਰ ਵੀ ਕਿਸੇ ਘਰ ਪਰਿਵਾਰ ਦਾ ਹੋਊਗਾ ਐਵੇਂ ਨਹੀਂ ਅਗਲੇ ਨੂੰ ਕਿਆ ਕਰਦੇ ਵੀ ਬੇੜਾ ਬੈਠ ਜੇ ਬੇੜਾ ਕਿਉਂ ਠੇ ਹੋਣੀ ਆ ਉਹਦਾ ਜਿਹੜਾ ਲੈ ਕੇ ਗਿਆ ਉਹ ਵੀ ਤਾਂ ਕੋਈ ਬੰਦਾ ਹੀ ਐ ਬਸ ਫਿਰ ਮੈਨੂੰ ਪਤਾ ਇਹ ਪੈਸੇ ਮੇਰੇ ਲਾਪਰਿਤ ਨਹੀਂ ਕੱਢੇ ਨੇ ਆ ਲਾਏ ਨਹੀਂ ਕਹਿੰਦਾ ਮੈਂ ਬਿਠਾ ਦੇ ਬੇੜਾ ਬੇੜਾ ਹੀ ਬਿਠਾ ਦੇ ਤੂੰ ਮੈਂ ਜਿਹੜੀ ਗੱਲ ਕਰਦਾ ਉਹ ਕਹਿਣਾ ਵੀ ਚਲ ਕਾਦੇ ਪਿੱਛੇ ਅਗਲੇ ਨੂੰ ਐ ਕਰ ਨਹੀਂ ਹੁਣ ਚੋਰ ਦਾ ਕੰਮ ਆ ਉਹਦਾ ਵੀ ਚੱਕਣਾ ਇਹ ਮੇਰਾ 3 ਲੱਖ ਰੁਪਈਆ ਮੈਨੂੰ 5 ਲੱਖ ਰੁਪਈਆ ਲਿਆ ਕੇ ਦਿਓ ਬਸ ਤੁਹਾਨੂੰ ਮੈਂ ਕਹਿ ਤਾ ਆ ਜੂਗਾ ਜੀਰੀ ਵੜ ਲੈਣ ਦੇ ਅਗਲੇ ਨੂੰ ਜੀਰੀ ਜੂਰੀ ਦਾ ਕੋਈ ਮਤਲਬ ਨਹੀਂ ਨਹੀਂ ਲਾਪਰੀ ਤ ਤੋੜਦੀ ਬਣੇ ਮੈਂ ੱਟਕੇ ਦੇ ਕੇ ਕੱਢੂੰਗੀ ਜੇ ਉਹਦਾ ਪਿਓ 5 ਲੱਖ ਰੁਪਈਆ ਨਾ ਲੈ ਕੇ ਆਇਆ ਹਾਂ ਹਜੇ ਨਹੀਂ ਇਹ ਹੋ ਸਕਦਾ ਹਜੇ ਪਹਿਲਾ ਵਾਲਾ ਤਿੱਥੋਂ ਹਾਜਮੇ ਨਹੀਂ ਹੋਇਆ ਹੋਰ ਤੂੰ ਹੋਰ ਪੰਗੇ ਪਾਉਣ ਲੱਗੀ ਹਾਜਮ ਤਾਂ ਹੋ ਜਾਣਾ ਸੀ ਕੰਜਰਾ ਤੁਸੀਂ ਮੈਨੂੰ ਹਾਜਮ ਹੋਣ ਨਹੀਂ ਦਿੰਦਾ ਉਹ ਹਾਜਮ ਕਰਨ ਨੂੰ ਅਸੀਂ ਕੀ ਕੀਤਾ ਮੈਥੋਂ ਪੋਲ ਨਾ ਖਲਾ ਉਹ 3 ਲੱਖ ਮੈਨੂੰ ਪਤਾ ਹੈ ਵੀ ਤੂੰ ਕਿੱਥੋਂ ਮੰਗਵਾਇਆ ਸੀ ਆਹੋ ਪਰ ਬਾਪੂ ਨੂੰ ਤਾਂ ਇਹ ਲੱਗਦਾ ਵੀ ਕਾਹਨ ਕਰੇ ਕਿਸੇ ਨੂੰ ਪਤਾ ਲੱਗਦਾ ਸਾਰਾ ਕੁਝ ਪਤਾ ਸਾਨੂੰ ਵੀ ਕਿੱਥੋਂ ਆਇਆ 3 ਲੱਖ ਰੁਪਈਆ ਅੱਗੋਂ ਪ੍ਰੀਤ ਇਹੇ ਜੀ ਹੈ ਜਿਹੜੀ ਆਪਦੇ ਘਰ ਵਾਲੇ ਤੋਂ ਬੋਝ ਕੇ ਤੈਨੂੰ ਪੈਸੇ ਭੜਾਈ ਜਾਂਦੀ ਹੈ ਉਹ ਕੋ ਸੋਚ ਲੈ ਉਹ 3ਾਂ ਤੋਂ ਮੰਗਦੇ ਨਹੀਂ ਹੁੰਦੇ 3ਾਂ ਨੂੰ ਤਾਂ ਕੁਛ ਨਾ ਕੁਝ ਦਿੰਦੇ ਹੁੰਦੇ ਆ ਨਾਲੇ ਗੱਲ ਸੁਣ ਲੈ ਜਿੱਦੇ ਪਤਾ ਲੱਗਾ ਨਾ ਪ੍ਰੌਣੇ ਨੂੰ ਤੇ ਉਹਦੇ ਸਹੁਰਿਆਂ ਨੂੰ ਤੇ ਕੁੜੀ ਨੂੰ ਘਰੇ ਛੱਡ ਦੇਣਗੇ ਆਪਣੇ ਤੁਸੀਂ ਉੱਥੇ ਵੀ ਚਲੇ ਜਾਓ ਦੱਸਣ ਨਾਲੇ ਮੇਰੀ ਧੀ ਕੋਲ ਬਾਧੂ ਪੈਸੇ ਹੈਗੇ ਨੇ ਨਾ ਮੈਂ ਤਾਂ ਲੈਣੀ ਆ ਬਹੁਤਾ ਬੋਲੋ ਨਾ ਤੁਸੀਂ ਹੁਣ ਹਾਂ ਫਿਰ ਮੇਰੇ ਮੇਰੇ ਤਾਂ ਐ ਕਰਦੇ ਜੇ ਮੈਂ ਆਪ ਕਮਾ ਕੇ ਲਈ ਹੁੰਨੀ ਆ ਆਹੋ ਮੇਰੀ ਧੀ ਦਾ ਤਾਂ ਮੇਰਾ ਕਿਹੜਾ ਕੁਝ ਬੰਡਿਆ ਹੋਇਆ ਮੇਰੀ ਧੀ ਦੇ ਪੈਸੇ ਮੇਰੇ ਮੇਰੇ ਪੈਸੇ ਮੇਰੀ ਧੀ ਦੇ ਹੁਣ ਤਾਂ ਨੂੰ ਵਾਲੇ ਨੂੰ ਵੀ ਕਹਦੇ ਮੇਰੇ ਆਹੋ ਮੇਰੇ ਕਰਕੇ ਨੂੰਹ ਦਾ ਵੀ ਮੰਗਦੀ ਆ ਮੈਨੂੰ ਲਿਆ ਕੇ ਦਿਓ 5 ਲੱਖ ਰੁਪਈਆ ਕਵਾਡੀ ਕੋਹੋਂ ਦੇ ਉਹ ਵੀ ਤੇਰੇ ਨੇ ਸਾਰੀ ਦੁਨੀਆ ਨੇ ਤੰਗਲੀ ਲਾਲਾ ਜਿਆਦਾ ਨਾ ਭੌਂਕੀ ਚੱਲ ਤੂੰ ਦਿਨ ਪਰ ਦਿਨ ਜਿਆਦਾ ਮੇਰੇ ਸਿਰ ਚ ਮੂਤਦਾ ਓ ਪੈਸਾ ਪੈਸਾ ਕਰਦੀ ਰਹਿੰਦੀ ਆ ਸੱਪਣੀ ਬਣੇਗੇ ਸੱਪਣੀ ਓ ਸੱਪਣੀ ਪੈਸਿਆਂ ਤੇ ਬੈਠੀ ਰਹਿੰਦੀ ਐ ਜਿੱਦਾਂ ਸੱਪਣੀ ਬਣ ਗਈ ਨਾ ਪਹਿਲਾ ਡੰਗ ਤੇਰਾ ਮਾਰੂੰ ਹਾਂ ਓ ਤੂੰ ਚੁੱਪ ਕਰ ਜਾ ਚੁੱਪ ਕਰ ਦੇ ਚੁੱਪ ਕਿਉਂ ਕਰਾਂ ਕੀ ਹੋ ਗਿਆ ਕਦੋਂ ਰੋਣਾ ਪਾਰ ਕੇ ਤੁਸੀਂ ਨੇ ਰੋਲਾ ਪਾਇਆ ਰੋਂਦੀਆਂ ਤੇਰੇ ਜੰਮਦਿਆਂ ਨੂੰ ਆਪਣੇ ਪਿਓ ਨੂੰ ਕਹ ਪੰਜ ਲੱਖ ਰੁਪਈਆ ਦੇ ਕੇ ਜਾਵੇ ਜਿਹੜਾ ਲੈਂਦਾ ਕਿਹੜਾ 5 ਲੱਖ ਰੁਪਈਆ ਹੋਣਾ ਜਿਹੜਾ ਰਹਿੰਦਾ ਨਹੀਂ ਤਾਂ ਭਗ ਜਾ ਉਸੇ ਕੋਲ ਤਾਰੀ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਤੀਵੀ ਹੈ ਨਹੀਂ ਜਵਾਨ ਤੇ ਖੜਨ ਵਾਲੀ ਮੇਰੇ ਮਾਂ ਪਿਓ ਦੇ ਨਾਲ ਤੁਸੀਂ ਜਵਾਨ ਕੀਤੀ ਸੀ ਵੀ ਝੋਨਾ ਵੱਢ ਕੇ ਦੇ ਕੇ ਜਾਣਗੇ ਉਹ ਬਾਕੀ ਪੈਸੇ ਕੋਈ ਨਹੀਂ ਅਸੀਂ ਨਹੀਂ ਲੈਂਦੀ ਮੈਂ ਜੀਰੀ ਜੁਰੀ ਤੋਂ ਬਾਅਦ ਪੈਸੇ ਤੂੰ ਦਫਾ ਹੋ ਇੱਥੋਂ ਮੈਂ ਲਿਆਉਂਦੀ ਨਹੀਂ ਫੇਰ ਮੈਂ ਨਹੀਂ ਲਿਆਉਂਦੀ ਫੇਰ ਦਫਾ ਹੋ ਇੱਥੋਂ ਕੋਲੋਂ ਨਹੀਂ ਇੱਥੇ ਮੇਰੇ ਘਰ 'ਚ ਤੇਰੇ ਲਈ ਥਾਂ ਨਹੀਂ ਹੈਗੀ ਇਸ ਘਰ 'ਚ ਨਾ ਮੈਂ ਕਿਉਂ ਨਹੀਂ ਹੈਗੀ ਥਾਂ ਇਸ ਘਰ 'ਚ ਹੋਰ ਕੀ ਦਾ ਕਰਾ ਇਹ ਨਵੇਂ ਤੋਂ ਪੱਕਾ ਹੀ ਮਰਨੋਂ ਹਟੇਂਗੀ ਜਾਂ ਨਾ ਅਗਲੇ ਨੇ ਜਿੰਨੇ ਪੈਸੇ ਦੇਣੇ ਸੀ ਦੇਤੇ ਅੱਗੇ ਕਰਾਰ ਕਰਿਆ ਹੋਇਆ ਉਦੋਂ ਪੈਸੇ ਦੇਣਗੇ ਹੁਣ ਕਿੱਥੋਂ ਲਿਆ ਦੇ ਤੈਨੂੰ ਇਹ ਨਹੀਂ ਲਿਆ ਕਿਦੇ ਨੇ ਪੈਸੇ ਨਾ ਤਾਂ ਦਫਾ ਹੋ ਨਿੱਕਲ ਬਾਹਰ ਇੱਥੋਂ ਇਸ ਮੇਰੇ ਘਰੋਂ ਐਵੇਂ ਕਿਵੇਂ ਨਿਕਲ ਤੂੰ ਜ਼ਿਆਦਾ ਨਾ ਇਹਦਾ ਵਕੀਲ ਬਣ ਇਹ ਕੰਮ ਇਹ ਕੰਮ ਮੇਰਾ ਹੈ ਤੇਰਾ ਕੱਲੀ ਦਾ ਨਹੀਂ ਹੈਗਾ ਮੇਰੇ ਪਿਓ ਦਾ ਵੀ ਹਿੱਸਾ ਹੈ ਨਲਕ ਜਿਹਦੇ ਨਾਲ ਕਹਿਣੀ ਤੂੰ ਇਹਦੇ ਨਾਲ ਜ਼ਿਆਦਾ ਨਾ ਵਕੀਲ ਬਣ ਨਾ ਵਿਆਹ ਕੇ ਲੈ ਆ ਉਹਨੂੰ ਕੱਟ ਕੇ ਨਹੀਂ ਲਿਆ ਮੈਂ ਜੇ ਤੇਰੇ ਪਿਓ ਦਾ ਹਿੱਸਾ ਹੈ ਨਾ ਪਿਓ ਨੂੰ ਨਹੀਂ ਕੱਟਦੀ ਇਹ ਤਾਂ ਆਪਣੀ ਕੜਦੀ ਨਾ ਤਾਂ ਕਰੋਨਾ ਕੀ ਆ ਪੈਸੇ ਤਾਂ ਹੁਣ ਤੈਨੂੰ ਲੋੜ ਕੀ ਪੈ ਗਈ ਇਹ ਤਾਂ ਦੱਸ ਦੇ ਬਸ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਗੱਲ ਖਤਮ ਨਹੀਂ ਤਾਂ ਜਾਵੇ ਲਾਪਰੀ ਤਾਂ ਆਪਣੇ ਪਿਓ ਲਵੇ ਜਾ ਪੁੱਤ ਤੂੰ ਘਰ ਦਾ ਕੰਮ ਕਰ ਲੈ ਅੰਦਰ ਜਾ ਕੇ ਕਿਹੜਾ ਕੰਮ ਕਰਨਾ ਕੰਮ ਮੈਂ ਆਪੇ ਕਰ ਲੈਣੇ ਆ ਦੱਸ ਪੈਸੇ ਲਿਆਏਂਗੀ ਕਿ ਨਹੀਂ ਮੈਂ ਤੈਨੂੰ ਪੁੱਛਿਆ ਕਿ ਪੈਸੇ ਲਿਆਏਂਗੀ ਕਿ ਨਹੀਂ ਮੈਂ ਪੈਸੇ ਕਿੱਥੋਂ ਲਿਆ ਮਜਦਾ ਹੈ ਨਹੀਂ ਨਹੀਂ ਚੱਲ ਫਿਰ ਨਿਕਲ ਬਾਹਰ ਮੇਰੀ ਗੱਲ ਸੁਣ ਇਹ ਸੁਣਾ ਕਰੋ ਇਹ ਨਹੀਂ ਤੂੰ ਜਾਣਾ ਤਾਂ ਵਗ ਜਾ ਜਿੱਥੇ ਜਾਣਾ ਉੱਥੇ ਵਗ ਜਾ ਇਹ ਨਹੀਂ ਜਾਂਦੀ ਹੁਣ ਮੈਂ ਜਾਵਾਂ ਹਾਂ ਤੂੰ ਜਾ ਮੈਂ ਨਹੀਂ ਮੈਂ ਤੈਨੂੰ ਕੀ ਕਹੀ ਜਾਂਦਾ ਸੁਣਦੀ ਏ ਨਹੀਂ ਫੇਰਾ ਜਦੋਂ ਦੇਖੋ ਡਰਾਮਾ ਜਦੋਂ ਦੇਖੋ ਡਰਾਮਾ ਤੂੰ ਆਪਣੀ ਤੀਮੀ ਮਗਰ ਲਾ ਕੇ ਮੈਨੂੰ ਘਰੋਂ ਬਾਹਰ ਕੱਢਦਾ ਫਿਰ ਤੂੰ ਸਿਰ ਤੇ ਚੜੀ ਜਾਂਦੀ ਓਏ ਬਿਨਾਂ ਮਤਲਬ ਤੋਂ ਮੈਨੂੰ ਪੈਸੇ ਲਿਆ ਕੇ ਦੇ 5 ਲੱਖ ਰੁਪਈਆ ਝਾੜ ਕੇ ਲੱਗਦੇ ਨੇ ਪੈਸੇ